ਜਾਣ ਨਹੀਂ ਜਾਣੇ ਤੋ ਸੂਰਮਾ ਜੈਸੇ ਗੁਰ ਗੋਬਿੰਦਾ ਸ਼ੇਰਾਂ ਵਰਗੇ ਛਤਰੂ ਸਾਹਮਣਾ ਸਕਣ ਜਿੰਦ ਪਰ ਜੇ ਤੱਕੇ ਮੇਰ ਨਾਲ ਐਵੇਂ ਬਿੰਦ ਦੀ ਬਿੰਦਾ ਜੁਗਾ ਜੁਗਾ ਦੀ ਸੈਵੀ ਬਖਸ਼ ਦਵੇ ਬਕਸ਼ੇਂਦਾ ਨਾ ਮਹਿਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਇਕ ਦੁਹਟਾ ਦਾ ਮਨ ਗੁਰੂ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਹਰੇ ਨੇ ਮਾਂ ਗੁਜਰੀ ਦੇ ਤਨ ਸੋਹਣੇ ਦੀਆਂ ਪੰਜਾਂ ਤੁਮਾ ਕੂਟਾਂ ਚਾਰੇ ਨੇ ਫੁੱਲਾਂ ਤੇ ਜੋ ਬਨ ਲਿਉਣ ਲਈ ਜਨਪਤ ਚੜਤਾਈ ਨਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਹੇ ਇਕ ਦੁਹਟਾ ਦਾ ਮਨ ਗੁਰੂ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਹਰੇ ਨੇ ਮਾਂ ਗੁਜਰੀ ਦੇ ਤਨ ਸੋਹਣੇ ਦੀਆਂ ਪੰਜਾ ਤੁਮਾ ਕੂਟਾਂ ਚਾਰੇ ਨੇ ਫੁੱਲਾ ਤੇ ਜੋ ਬਨ ਲਿਉਣ ਲਈ ਦਿਨ ਪੱਦ ਚੜ ਤਾਈ ਨਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਿੱਤਾ ਜਿਦੀ ਚੁੰਬਕ ਸ਼ਕਤੀ ਖੇਚ ਲਿਆ ਭੀਖ ਮਜਾ ਸਤਿਆਂ ਠਕਰਾਂ ਨੂੰ ਮੈਣੀ ਸ਼ਵਦਤ ਤੇ ਜਗਤਾ ਵੀ ਤੱਕ ਮੋਤ ਹੋ ਗਏ ਚਕਰਾਂ ਨੂੰ ਇਹ ਸਾਂਝਾ ਸਬਦ ਆ ਰਹੀ ਪਰ ਹੈ ਫਕਰਾਂ ਨੇ ਸੱਚ ਉਚਾਰ ਦਿੱਤਾ ਤੁਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਜੁਲਮਾਂ ਦੇ ਤਖੜ ਤੂਫਾਨਾਂ ਤੇ ਜਦ ਰੋੜ ਰਿਆ ਹਿੰਦ ਦਾ ਬੇੜਾ ਸੀ ਪਖੂਨ ਪਵਿੱਤਰ ਬਾਪੂ ਦਾ ਦੁਖੀਆਂ ਲਈ ਲਾਂਦਾ ਖੇੜਾ ਸੀ ਸੁੱਤੇ ਹੋਏ ਚਤ ਬੇਦਾਗ ਤੇ ਜਦ ਮੁਰਤਿਆਂ ਤਾਈ ਮੰਗਾਰ ਦਿੱਤਾ ਦਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਜਾਵਰ ਨਾਲ ਟੱਕਰ ਲੈਣ ਲਈ ਜਾਵਰ ਨਾਲ ਟੱਕਰ ਲੈਣ ਲਈ ਸੀ ਪਿੜ ਗਿਆ ਨਾਲ ਚਟਾਨਾਂ ਦੇ ਜਿੜੀਆਂ ਨੇ ਬਾਜ ਮਰੋੜ ਦਿੱਤੇ ਦੇਲੇ ਡੋਲੇ ਮੁਗਲ ਪਠਾਨਾਂ ਦੇ ਬਿਨ ਦੌਲਤ ਫੌਜਾਂ ਅਸਲੇ ਦੇ ਤੂੰ ਜਾਬਰ ਨੂੰ ਲਲਕਾਰ ਦਿੱਤਾ ਥਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਆਨੰਦਪੁਰ ਵਿੱਚ ਤੰਡੀ ਚਮਕੀ ਜੋ ਆਨੰਦਪੁਰ ਵਿੱਚ ਤੰਡੀ ਦਮਕੀ ਜੋ ਉਹਨਾਂ ਕਿਸਮਾਂ ਤਾਨੂੰ ਪਲਟਾ ਦਿੱਤਾ ਅਮਰਤ ਦੀਆਂ ਮਿੱਠੀਆਂ ਬੂੰਦਾਂ ਨੇ ਮੁਰਤਿਆਂ ਵਿੱਚ ਜੀਵਨ ਪਾ ਦਿੱਤਾ ਫੱਕ ਡਟ ਗਿਆ ਸਾਂਵੇਂ ਲੱਖਾਂ ਦੇ ਇੱਕ ਡਟ ਗਿਆ ਸਾਂਵੇਂ ਲੱਖਾਂ ਦੇ ਤਰਿਆ ਸਾ ਸਿੰਘ ਤਿਆਰ ਦਿੱਤਾ ਤਨਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਤੇਰੀ ਚੰਡੀ ਜਗ ਲਈ ਚਾਨਣ ਸੀ ਤੇਰੀ ਚੰਡੀ ਜਗ ਲਈ ਜਾਨਣ ਸੀ ਤੇ ਬਿਜਲੀ ਸੀ ਜਰਮਾਨਿਆਂ ਲਈ ਧਰਮਿਆਂ ਲਈ ਜੀਵਨ ਦਾਤੀ ਸੀ ਪਰ ਲੋਸੀ ਬੰਦੇ ਖਾਣਿਆਂ ਲਈ ਪਾਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰ ਖਿਲਾਰ ਦਤਾ ਤਨ ਕਲਕੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਜਦ ਛੜ ਕੇ ਪੂਰੀ ਆਨੰਦਾਂ ਦੀ ਜਦ ਛੜ ਕੇ ਪੂਰੀ ਆਨੰਦਾਂ ਦੀ ਪਾਇ ਅੱਧੀ ਰਾਤੀ ਚਾਲੇ ਤੂੰ ਮੇਰੀ ਕਰਮ ਕਿਵੇਂ ਦੱਸ ਸਕਦੀ ਐ ਦੋਤੇ ਤੇ ਜੱਪਰ ਜਾਲੇ ਤੂੰ ਸਰਸਾ ਦਾ ਕੰਡਾ ਫੁੱਲਦਾ ਨਹੀਂ ਜਨ ਖੇਰੂ ਕਰ ਪਰਵਾਦ ਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰਤਤਾ ਕੌਣ ਪਤਾ ਜੋ ਸਾਵੇਂ ਨੇਨ ਕਣ ਪਿਤਾ ਜੋ ਸਾਵੇ ਨੈਣਾ ਦੇ ਜੋ ਕੀਰੇ ਲਾਲ ਕਹਾ ਸਕਦਾ ਪਤਵਾਰ ਸ਼ੁਕਰ ਕਰ ਰੋੜਾਂ ਤੇ ਸੂਲਾ ਤੇ ਆਸਣ ਲਾ ਸਕਦਾ ਕੱਟਣ ਲਈ ਤੋਕ ਕਲਮੀ ਦੇ ਘਰ ਭੇਟਾ ਜੀਤ ਜੁਝਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਕਦੇ ਭੁਲਣੇ ਨਹੀਂ ਜ਼ਮਾਨੇ ਨੂੰ ਕਲੇ ਭੁਲਣੇ ਨਹੀਂ ਜ਼ਮਾਨੇ ਨੂੰ ਜੋ ਛੋਟੇ ਕਰ ਹਰ ਜਾਂਦ ਗਏ ਪਾਪਾਂ ਦੀ ਡੇਗ ਦੀਵਾਰ ਗਏ ਕਰ ਧਰਮ ਦੀ ਉੱਚੀ ਕੰਦ ਗਏ ਬੁਰਜ ਚ ਮਾਤਾ ਕੁਜਰੀ ਦੀ ਕਰ ਆਪਣਾ ਆਪ ਨਿਸ਼ਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਤੇ ਨਾ ਪੀੜੀਆਂ ਦਾ ਬਲੀਦਾਨ ਦਵੇ ਤੇ ਨਾ ਪੀੜੀਆਂ ਦਾ ਬਲੀਦਾਨ ਦਵੇ ਜੋਗੀ ਕੋਈ ਦਿਸਦਾ ਸਾਨੀ ਨਹੀਂ ਗੁਰਮੁਖ ਸਾਰੀਂਦੀ ਦੁਨੀਆ ਤੱਕ ਪੁੱਲ ਸਕਦੀ ਏ ਕੁਰਬਾਨੀ ਨਹੀਂ ਸਾਰਾ ਸਰਬਾਂਸ ਲਟਾ ਕੇ ਵੀ ਤੂੰ ਰੱਬ ਦਾ ਸ਼ੁਕਰਗੁਜ਼ਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਆਓ ਜੀ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਫਤਿਹ ਦਰਾਈਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਰਬੱਤ ਦਾ ਹੀ ਭਾਈ ਕੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮੈਂ ਕਹਾਣੀ ਕਹਿਣ ਲੱਗਾ ਹਾਂ ਇਹ ਉਹ ਹੈ ਜਦ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ 80 ਮੁੱਲ ਸੀ ਸਿੱਖ ਦੇ ਸਿਰ ਦਾ ਤੇ 20 ਕੀਮਤ ਸੀ ਜਿਹੜਾ ਇਹ ਦੱਸੇ ਇਸੇ ਹੰਗਾ ਹੋਰ ਜਮਾਨੇ ਚ ਸਰਕਾਰ ਮੁਗਲ ਨੇ ਇਕੱਠ ਕਰਕੇ ਲਾਹੌਰ ਦੇ ਦਰਬਾਰ ਵਿੱਚ ਇਹ ਪ੍ਰੋਗਰਾਮ ਬਣਾਇਆ ਵੀ ਸਿੱਖ ਮੁੱਕ ਕਿਵੇਂ ਸਕਦੇ ਨੇ ਇੱਕ ਨੇ ਕਿਹਾ ਇਹ ਤਾਂ ਮੁੱਕ ਸਕਦੇ ਨੇ ਜੇ ਇਹਦੇ ਸਰੋਵਰਪੁਰ ਦਿੱਤੇ ਜਾਣ ਪ੍ਰੋਗਰਾਮ ਬਣਿਆ ਵੀ ਇਹ ਕਾਰਜ ਸਿਰੇ ਕੌਣ ਚੜਾਏਗਾ ਬਖਸ਼ੀ ਜਹਾਂ Khan ਨੇ ਬੀੜਾ ਚੁਕਿਆ ਵੀ ਇਹ ਸਾਰਾ ਕੰਮ ਮੈਂ ਕਰਾਂਗਾ ਉਹਨ ਦੇ ਕੇ ਆਪਣੀ ਫੌਜ ਜੀਦੀ ਗਿਣਤੀ 40000 ਹੈ ਹਿਦਾਇਤ ਕੀਤੀ ਆਪਣੇ ਜਰਨੇਈਲਾਂ ਨੂੰ ਕਿ ਸਿੱਖਾਂ ਦਾ ਸਰੋਵਰ ਪੂਰ ਦਿਓ ਹਰ ਮੰਦਰ ਟਾ ਦਿਓ ਨਾਮੋ ਨਿਸ਼ਾਨ ਮਟਾ ਦਿਓ ਆਈ ਮੁਗਲਿਆ ਫੌਜ 40000 ਉਹਨਾਂ ਅੰਮ੍ਰਿਤਸਰ ਦੇ ਸਰੋਵਰ ਨੂੰ ਘੇਰ ਲਿਆ ਪ੍ਰਬੰਧ ਸਾਰਾ ਆਪ ਸੰਭਲਿਆ ਸਿੱਖਾਂ ਨੂੰ ਗੁਰੂ ਕੇ ਸਰੋਵਰ ਵਿੱਚ ਅਸ਼ਨਾਣ ਕਰਨਾ ਮੁਸ਼ਕਲ ਹੋ ਗਿਆ ਇੱਕ ਗੁਰੂ ਕਾ ਲਾਲ ਅਸ਼ਨਾਣ ਕਰਨ ਵਾਸਤੇ ਆਇਆ ਇਹਨੇ ਵੇਖਿਆ ਹਰ ਮੰਦਰ ਦੇ ਦਵਾਰੇ ਕਬਜ਼ਾ ਹੈ ਮੁਗਲ ਸਰਕਾਰ ਦਾ ਤੁਰਿਆ ਇਥੋਂ ਇਸਨੇ ਅਸ਼ਨਾ ਨਹੀਂ ਕੀਤਾ ਜਦੋਂ ਇਹ ਖਬਰ ਲੈ ਕੇ ਸਿੰਘ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਪਹੁੰਚਾ ਉਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਦੀ ਟਾਬਿਆ ਬੈਠੇ ਸਨ ਗਏ ਹੋਏ ਅਮਰਸਰ ਤੋਂ ਸਿੰਘ ਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਫਤਿਹ ਬਲਾ ਕੇ ਪੁੱਛਿਆ ਖਾਲਸਾ ਜੀ ਕਿੱਥੋਂ ਆਏ ਹੋ ਅੰਮ੍ਰਿਤਸਰ ਸਾਹਿਬ ਤੋਂ ਗਏ ਹੋਏ ਸਿੰਘ ਨੇ ਆਖਿਆ ਬਾਬਾ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਬਾਬਾ ਜੀ ਨੇ ਆਖਿਆ ਤੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਜਰਾ ਲੱਗਿਆ ਤੇਰੇ ਚਰਨਾਂ ਨੂੰ ਹੱਥ ਲਾਵਾਂ ਤੇ ਮੱਥੇ ਨੂੰ ਛੁਆਵਾਂ ਮੇਰੇ ਹੱਥ ਸਫਲੇ ਹੋ ਜਾਣ ਅੰਮ੍ਰਿਤਸਰ ਤੋਂ ਗਏ ਹੋਏ ਸਿੰਘ ਨੇ ਪਿੱਛੇ ਹੋ ਕੇ ਆਖਿਆ ਬਾਬਾ ਜੀ ਵੇਖਿਓ ਮੇਰੇ ਪੈਰਾਂ ਨੂੰ ਹੱਥ ਨਾ ਲਾਇਓ ਬਾਬਾ ਜੀ ਨੇ ਆਖਿਆ ਓਏ ਅੰਮ੍ਰਿਤਸਰ ਤੋਂ ਆਇਆ ਹੋਏ ਸਿੰਘ ਉਹਦੇ ਪੈਰਾਂ ਨੂੰ ਹੱਥ ਕਿਉਂ ਨਾ ਲਾਏ ਜਾਣ ਅੰਮ੍ਰਿਤਸਰ ਤੋਂ ਗਏ ਹੋਏ ਸਿੰਘ ਨੇ ਆਖਿਆ ਬਾਬਾ ਜੀ ਚਰਨ ਪੂਜਣ ਵਾਲੇ ਉਹ ਹੁੰਦੇ ਨੇ ਜਿਹੜੇ ਸੁਨੇਹਾ ਸੁਖ ਦਾ ਲੈ ਕੇ ਆਉਂਦੇ ਨੇ ਮੈਂ ਸੁਨੇਹਾ ਸੁਖ ਦਾ ਨਹੀਂ ਲੈ ਕੇ ਆਇਆ ਅੰਮ੍ਰਿਤਸਰ ਤੋਂ ਗਏ ਹੋਏ ਸਿੰਘ ਨੇ ਜਦੋਂ ਇਹ ਗੱਲ ਦੱਸੀ ਬਾਬਾ ਜੀ ਨੇ ਆਖਿਆ ਉਹ ਬਾਤਾਂ ਕੀ ਪਉਣਾ ਅੰਮ੍ਰਿਤਸਰ ਤੋਂ ਆਇਆ ਹੋਏ ਸਿੰਘ ਦੇ ਚਰਨ ਪੂਜਣ ਵਾਲੇ ਨਾ ਹੋਣ ਅੰਮ੍ਰਿਤਸਰ ਤੋਂ ਗਏ ਹੋਏ ਸਿੰਘ ਨੇ ਆਖਿਆ ਬਾਬਾ ਜੀ ਜਿਸ ਸਰੋਵਰ ਤੋਂ ਨਹਾ ਕੇ ਕਾਂ ਹੰਸ ਬਣ ਜਾਂਦੇ ਸਨ ਜਿਸ ਸਰੋਵਰ ਤੋਂ ਨਹਾ ਕੇ ਕੋੜੇ ਰਾਜੀ ਹੋ ਜਾਂਦੇ ਸਨ ਉਹ ਤੇਰੇ ਗੁਰੂ ਦਾ ਸਰੋਵਰ ਅਬਦਾਲੀਆਂ ਨੇ ਘੋੜਿਆਂ ਦੀ ਲਿੱਦ ਪਾ ਕੇ ਪੂਰਨਾ ਸ਼ੁਰੂ ਕੀਤਾ ਹੋਇਆ ਬਾਬਾ ਜੀ ਅੰਮ੍ਰਿਤਸਰ ਦੇ ਸਰੋਵਰ ਦੀਆਂ ਨੀਹਾਂ 'ਚ ਬਰੂਧ ਦੇ ਕੁੱਪੇ ਨੱਪ ਦਿੱਤੇ ਗਏ ਨੇ ਜਦੋਂ ਪਲੀਤਾ ਲੱਗੇਗਾ ਉੱਡ ਜਾਏਗਾ ਤੇਰੇ ਗੁਰੂ ਦਾ ਮੰਦਰ ਬਾਬਾ ਦੀਪ ਸਿੰਘ ਦੀਆਂ ਅੱਖਾਂ 'ਚ ਖੂਨ ਆ ਗਿਆ ਡੌਲੇ ਰੋ ਵਿੱਚ ਫਰਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਬਾਬਾ ਜੀ ਨੇ ਆਖਿਆ ਹੇ ਕਲਗੀਆਂ ਵਾਲਿਆ ਜਿੰਨਾ ਚਿਰ ਅੰਮ੍ਰਿਤਸਰ ਦਾ ਸਰੋਵਰ ਆਜ਼ਾਦ ਨਹੀਂ ਕਰਾ ਲਿੰਦਾ ਉਹਨਾਂ ਚਿਰ ਸ਼ਹੀਦੀ ਨਹੀਂ ਪਾਊਗਾ ਹੁਣ ਹੀ ਤਲ ਮਲਾ ਉੱਠੀ ਕਹਿੰਦੀ ਬਾਬਾ ਦੀਪ ਸਿੰਘਾ ਇਹ ਪਰਨ ਨਾ ਕਰ ਇਹ ਆਖ ਜੇ ਹਰ ਮੰਦਰ ਆਜ਼ਾਦ ਨਾ ਕਰਾਇਆ ਗਿਆ ਸ਼ਹੀਦੀ ਪਾ ਜਾਵਾਂਗਾ ਇਹ ਅਨੋਖਾ ਮਰਦ ਹੈ ਜਿਸ ਨੇ ਅਨੋਖਾ ਪਰਨ ਕੀਤਾ ਇਸ ਤੋਂ ਪਹਿਲਾਂ ਮਹਾਭਾਰਤ ਦੀ ਹੋਰੀ ਜੰਗ ਵਿੱਚ ਅਰਜਨ ਨੇ ਆਪਣੇ ਪੁੱਤਰ ਦੀ ਲੋਥ ਤੇ ਖਲੋ ਕੇ ਪਰਨ ਕੀਤਾ ਸੀ ਕਿ ਭਗਵਾਨ ਜੇ ਮੈਂ ਕੱਲ ਦਾ ਸੂਰਜ ਸ਼ਿਵਨ ਤੋਂ ਪਹਿਲਾਂ ਆਪਣੇ ਵੈਰੀ ਜੈਦਰਾਥ ਨੂੰ ਨਾ ਮਾਰ ਲਵਾਂਗਾ ਅੱਗ ਵਿੱਚ ਸੜ ਕੇ ਮਰ ਜਾਵਾਂਗਾ ਇਹ ਨਹੀਂ ਸੀ ਆਖਿਆ ਆਪਣੇ ਵੈਰੀ ਨੂੰ ਮਾਰ ਕੇ ਮਰਾਂਗਾ ਇਹ ਦੁਨੀਆ ਦਾ ਪਹਿਲਾ ਮਰਦ ਹੈ ਜਿਸ ਨੇ ਪਰਨ ਕੀਤਾ ਮੈਂ ਆਪਣਾ ਕੰਮ ਕਰਕੇ ਕਰਜ ਸਿਰੇ ਚੜ ਕੇ ਸ਼ਹੀਦੀ ਪਾਵਾਂਗਾ ਬਾਬਾ ਦੀਪ ਸਿੰਘ ਨੇ ਆਖਿਆ ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ ਅਸੀਂ ਫੜ ਫੜ ਜੰਮ ਨਗਾ دیے ਸੂਈਆਂ ਦੇ ਨਕੇ ਨਹੀਂ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਦਸ ਕਿੜਾ ਡਕੇ ਬਾਬਾ ਦੀਪ ਸਿੰਘ ਸਾਹਿਬ ਨੇ ਸੋਦੀ ਅਰਦਾਸ ਛੱਡ ਕੇ ਪੰਜ ਝੰਕਾਰੇ ਖਾਲਸੇ ਨੂੰ ਅੰਮ੍ਰਿਤਸਰ ਆਜ਼ਾਦ ਕਰਾਉਣ ਲਈ ਜਿਵੇਂ ਵੰਗਾਰਿਆ ਮੇਰੇ ਸਾਥੀ ਐਉਂ ਵੰਗਾਰ ਕਰ ਰਹੇ ਹਨ ਸੁਣੀਂਵਾਰਤਾ ਦੇ ਗੁਰੂ ਦਰਬਾਰ ਦੀ ਨਿੱਗਾ ਗਾੜੀ ਹੋ ਗਈ ਕੌਮੀ ਜ਼ਥੇਦਾਰ ਦੀ ਕਿਹੜੀ ਕੌਮ ਸਾਨੂੰ ਆਣ ਕੇ ਵੰਗਾਰਦੀ ਅਸੀਂ ਕਾਰ ਯਾਰ ਦਾਸ ਉਸਦਾਰ ਚੱਲੀਏ ਚਲੋ ਖਾਲਸਾ ਜੀ ਅਮਰਤਸਰ ਚੱਲੀਏ ਅਸੀਂ ਜੋਗਿਆ ਨੂੰ ਰਾਣ ਵਿੱਚ ਰਾਣੀਆਂ ਅਸੀਂ ਦੁਨੀਆ ਦੀ ਰਾਜਨੀਤੀ ਜਾਣੀਏ ਅਸੀਂ ਸੂਰਮਿਆਂ ਨੂੰ ਨਿਗਾ ਨਾਲ ਖਾਣੀਏ ਅਸੀਂ ਦੁਨੀਆ ਦੀ ਰਾਜਨੀਤੀ ਜਾਣੀਏ ਅਸੀਂ ਸਿੱਖੀ ਪਿੱਛੇ ਸਾਰ ਸਾਨੂੰ ਤਾਰ ਚੱਲੀਏ ਚਲੋ ਖਾਲਸਾ ਜੀ ਅਮਰਤਸਰ ਚੱਲੀਏ ਜਿਨੂੰ ਪਿਆਰਾ ਸਾਥ ਗੁਰੂ ਦਾ ਦਵਾਰ ਐ ਛਾਲ ਮਾਰ ਕੇ ਉਹ ਆਵੇਲੀ ਕੋ ਪਾਰਿਆ ਅੱਜ ਖਤਰੇ ਚ ਗੁਰੂ ਦਾ ਦਰਬਾਰ ਐ ਆਸ ਜਿੱਤਣ ਦੀ ਰੱਖੋ ਭਾਵੇਂ ਹਾਰ ਚੱਲੀਏ ਚਲੋ ਖਾਲਸਾ ਜੀ ਅਮਰਤਸਰ ਚੱਲੀਏ ਜਿਹੜੇ ਅਸਮੁਖ ਤਿਆਰ ਬੋਰ ਤਿਆਰ ਨਹੀਂ ਮੈਂ ਨਹੀਂ ਕਹਿੰਦਾ ਉਹਨੂੰ ਜੋ ਆਣੀ ਆ ਪਾਪੇਲ ਕਾਰ ਚੱਲੀ ਏ ਜਲੋ ਖਾਲਸਾ ਦੀ ਅੰਮ੍ਰਿਤਸਰ ਚੱਲੀ ਏ ਜਦੋਂ ਪਟੀਆਂ ਦੇ ਛਾਲੇ ਸ਼ੇਰ ਲੱਗਿਆ ਜਦੋਂ ਪਟੀਆਂ ਦੇ ਛਾਲੇ ਸ਼ੇਰ ਲੱਗਿਆ ਪਿੱਛੋਂ ਜਾਵਰਾਂ ਦਾ ਜ਼ੋਰ ਜਦੋਂ ਪੈ ਗਿਆ ਛਾਲ ਮਾਰ ਕੇ ਪੱਟੀ 'ਚ ਸਿੱਖ ਬਹਿ ਗਿਆ ਗੁਰਾਂ ਆਸਰੇ ਗਏ ਸੀ ਕਾਜ ਸਾਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਾਰ ਚੱਲੀਏ ਸੋਹਣੀ ਬੰਦੇ ਦੇ ਪਿਖਿਆ ਸੀ ਆਪਾਂ ਵਾਰ ਗਈ ਕੱਚੇ ਕੜੇ ਤੇ ਸਰੀਰ ਸੋਨਾ ਖਾਰ ਗਈ ਕਈ ਵਾਰ ਸੀ ਜਨਾ ਤੋਂ ਪਹਿਲਾਂ ਪਾਰ ਗਈ ਆਪਾਂ ਨਾਮੀ ਇਤਿਹਾਸ ਵਿੱਚ ਪਾਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਾਰ ਚੱਲੀਏ 12 ਪਾਈ ਗੁਰਦਾਸ ਦੀਆਂ ਕਹਿੰਦੀਆਂ 12 ਪਾਈ ਗੁਰਦਾਸ ਦੀਆਂ ਕਹਿੰਦੀਆਂ ਡਾਰਾਂ ਪੂੰਡਾਂ ਦੀਆਂ ਹੁੱਲਾਂ ਤੇ ਨਹੀਂ ਬੈਂਦੀਆਂ ਸਦਾ ਸੂਰਮੇ ਦਿਲਾਂ ਤੇ ਸੱਟਾਂ ਪੈਂਦੀਆਂ ਹੱਸ ਹੱਸ ਕੇ ਸ਼ਹਾਦਤਾਂ ਨੂੰ ਵਾਰ ਚੱਲੀਏ ਚਲੋ ਖਾਲਸਾ ਜੀ ਅਮਰ ਅਤਸਰ ਚੱਲੀਏ ਪਿੰਦੀ ਕਾਦੀ ਰੇ ਨੀਦਲ ਦਲ ਗੀਰਦੀ ਗਉੜੀ ਦੁਨੀਆ ਕਹਾਣੀ ਰਾਂਝ ਹੀਰ ਦੀ ਮੁਹੀ ਮਾਰ ਦੀ ਨਿਸ਼ਾਨ ਤਿੱਖੇ ਤੀਰ ਦੀ ਸਿੰਘਾਂ ਸੂਰਮਿਆਂ ਨੂੰ ਕਾਸਦਾ ਹੜਾਰ ਚੱਲੀਏ ਚਲੋ ਖਾਲਸਾ ਦੀ ਅੰਮ੍ਰਿਤਸਾਰ ਚੱਲੀਏ ਕਹਾ ਪੜੋ ਗੁਰੂ ਪੰਜਵੇਂ ਪਿਆਰੇ ਦੀ ਗੁਰੂ ਨਾਵੇਂ ਸਾਹਿਬ ਹਿੰਦ ਦੇ ਸਹਾਰੇ ਦੀ ਅਜੇ ਤੱਕ ਤਾਰ ਦੱਸਦੀ ਐ ਆਰੇ ਦੀ ਕੁਝ ਵੰਗ ਰਾਂ ਦੀ ਆਲੇ ਦੁਖ ਜਾਰ ਚੱਲੀਏ ਚਲੋ ਖਾਲਸਾ ਦੀ ਅੰਮ੍ਰਿਤਸਾਰ ਚੱਲੀਏ ਖੰਡ ਆ ਗਿਆ ਸਾਡੇ ਜੂੰਦਾਂ ਦੇ ਉਹਨੂੰ ਕੋਈ ਟਾ ਗਿਆ ਅਸੀਂ ਵਾਂਗ ਰਾਂ ਪਤਾ ਸੇ ਕਿਉਂ ਨਾ ਖਾਰ ਚੱਲੀਏ ਚਲੋ ਖਾਲਸਾ ਦੀ ਅੰਮ੍ਰਿਤਸਰ ਚੱਲੀਏ ਕੋਣ ਵੇਲਾ ਬਹੁਤਾ ਚਿਹਰ ਨਹੀਂ ਲਗਾਉਣਦਾ ਹੁਣ ਵੇਲਾ ਬਹੁਤਾ ਚਿਹਰ ਨਹੀਂ ਲਗਾਉਣਦਾ ਵੇਲਾ ਆ ਗਿਆ ਸ਼ਹੀਦਿਆਂ ਦੇ ਪਾਉਣ ਦਾ ਆਇਆ ਵਕਤ ਨਗਾਰੇ ਚੋਟਾਂ ਲਾਉਣ ਦਾ ਆਪਾਂ ਖੂਨ ਦੀ ਨਦੀ ਚ ਪਾਵੇਂ ਠਾਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਾਰ ਚੱਲੀਏ ਜਗ੍ਹਾ ਊਚ ਨੀਚ ਦੀ ਵਿਚਾਰ ਨਹੀਂ ਜਗ੍ਹਾ ਊਚ ਨੀਚ ਦੀ ਵਿਚਾਰ ਨਹੀਂ ਉੱਥੇ ਲੱਗਦੀ ਆਸਾ ਦੀ ਸਿੰਘੋਵਾਰ ਨਹੀਂ ਰੱਬੀ ਜੋਤ ਨਾਲ ਪਾਪੀ ਦਾ ਪਿਆਰ ਨਹੀਂ ਵਾਰ ਜ਼ਾਲਮਾਂ ਦੀ ਜੋਗੀ ਸਿੰਘਾ ਧਰ ਚੱਲੀਏ ਚਲੋ ਖਾਲਸਾ ਜੀ ਅਮਰਤ ਸਾਰ ਚੱਲੀਏ ਇਸ ਛੰਦ ਵਿੱਚ ਸੋਹਣੀ ਦਾ ਨਾਮ ਤੁਸੀਂ ਸੁਣਿਆ ਮੈਨੂੰ ਇੱਕ ਪੁਰਾਣੀ ਸਾਖੀ ਯਾਦ ਆ ਗਈ ਭਾਈ ਗੁਰਦਾਸ ਨੇ ਵਾਰਾਂ 'ਚ ਲਿਖਿਆ ਸੋਹਣੀ ਮਹੀਵਾਲ ਨੈ ਤਰਦੀ ਰਾਤੀ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਭਾਈ ਗੁਰਦਾਸ ਸਾਹਿਬ ਵਰਗੇ ਬੰਦੇ ਐਡੇ ਵੱਡੇ ਵਿਦਵਾਨ ਆਸ਼ਕਾ ਦੀਆਂ ਗੱਲਾਂ ਕਰਨ ਇਹਨਾਂ ਸੋਹਣੀ ਦੀ ਗੱਲ ਕੀਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਇਸ ਗੱਲ ਦਾ ਜਵਾਬ ਅਸੀਂ ਕੱਲ ਦੇਵਾਂਗੇ ਦੂਸਰਾ ਦਿਨ ਚੜਿਆ ਵਰਖਾ ਸਵੇਰ ਤੋਂ ਐਸੀ ਸ਼ੁਰੂ ਹੋਈ ਤਕਾਲਾਂ ਤੱਕ ਵਰਖਾ ਨਾ ਹਟੀ ਹਰਮੰਦਰ ਸਾਹਿਬ ਵਿੱਚ ਵਿਰਲੇ-ਵਿਰਲੇ ਸਿੱਖ ਦਰਸ਼ਨ ਕਰਨ ਵਾਸਤੇ ਗਏ ਤੀਸਰਾ ਦਿਨ ਚੜਿਆ ਧੁੱਪ ਚੜੀ ਦਿਨ ਲੱਗਾ ਤੇ ਹਰਮੰਦਰ ਸਾਹਿਬ ਵਿੱਚ ਗਹਿਮਾ-ਗਹਿਮ ਹੋ ਗਈ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਸਿੱਖਾਂ ਨੇ ਪਰਸੋਂ ਸਵਾਲ ਕੀਤਾ ਸੀ ਭਈ ਸੋਹਣੀ ਦਾ ਨਾਮ ਭਾਈ ਗੁਰਦਾਸ ਸਾਹਿਬ ਨੇ ਵਾਰਾਂਜ ਕਿਉਂ ਲਿਖਿਆ ਉਹ ਇੱਥੇ ਨੇ ਸੇਖ ੁੱਟ ਕੇ ਖੜੋ ਗਿਆ ਕਹਿੰਦਾ ਮਹਾਰਾਜ ਮੈਂ ਸਵਾਲ ਕੀਤਾ ਸੀ ਗੁਰੂ ਅਰਜਨ ਦੇਵ ਕਹਿਣ ਲੱਗੇ ਫਿਰ ਤੂੰ ਸਵਾਲ ਕੀਤਾ ਸੀ ਅਸੀਂ ਤੈਨੂੰ ਪੁੱਛਦੇ ਹਾਂ ਕਿ ਕੱਲ ਨਹੀਂ ਆਇਆ ਹਰਮੰਦਰ ਸਾਹਿਬ ਵਿੱਚ ਦਰਸ਼ਨ ਕਰਨ ਸਾਨੂੰ ਮਿਲਣ ਕੱਲ ਨਹੀਂ ਆਇਆ ਕਹਿੰਦਾ ਮਹਾਰਾਜ ਤੁਸੀਂ ਐਡੇ ਸਿਆਣੇ ਹੋ ਐਨੀ ਵਰਖਾ ਹੁੰਦੀ ਹੋਵੇ ਇੰਨਾ ਬੱਦਲ ਗੱਜਦਾ ਹੋਵੇ ਇੰਨਾ ਪਾਣੀ ਹੋਵੇ ਇੰਨਾ ਚਿਕੜ ਹੋਵੇ ਤੇ ਮੈਂ ਕਿਵੇਂ ਆਉਂਦਾ ਗੁਰੂ ਅਰਜਨ ਦੇਵ ਕਹਿਣ ਲੱਗੇ ਫਿਰ ਉਦਣ ਵਾਲੀ ਗੱਲ ਯਾਦ ਕਰ ਸੋਹਣੀ ਤੇਰੇ ਨਾਲੋਂ ਤਗੜੀ ਹੋਈ ਨਾ ਓਏ ਬੱਦਲ ਗੱਜਦਾ ਸੀ ਬਿਜਲੀ ਗੜਕਦੀ ਸੀ ਚਨਾ ਚੜੀ ਹੋਈ ਸੀ ਓ ਇੱਕ ਬੰਦੇ ਨੂੰ ਮਿਲਣ ਵਾਸਤੇ ਨਦੀ 'ਚ ਠਿੱਲ ਗਈ ਰੁੜ ਗਈ ਓਏ ਤੂੰ ਆਪਣੇ ਗੁਰੂ ਨੂੰ ਮਿਲਣ ਨਹੀਂ ਆਇਆ ਇਹਦਾ ਮਤਲਬ ਭਾਈ ਗਰਦਾਸ ਸੱਚਾ ਤੇਰੇ ਨਾਲੋਂ ਕਮਿਆਰਾਂ ਦੀ ਕੁੜੀ ਤਗੜੀ ਐ ਬਾਬੇ ਦੀਪ ਸਿੰਘ ਨੇ ਆਖਿਆ ਓਏ ਸੋਹਣੀ ਬੰਦੇ ਦੇ ਪਿੱਛੇ ਆਪਾ ਵਰ ਗਈ ਅਸੀਂ ਗੁਰੂ ਕੇ ਹਰਿਮੰਦਰ ਨੂੰ ਆਜ਼ਾਦ ਕਰਾਉਣ ਵਾਸਤੇ ਜਾਣਾ ਨਗਾਰੇ ਤੇ ਚੋਟ ਲੱਗੀ ਪੰਜ ਝੰਕਾਰੇ ਛੱਡੇ ਗਏ ਖਾਲਸਾ ਜੀ ਇੱਕ ਗੱਲ ਇੱਥੇ ਬੜੀ ਦੱਸਣਯੋਗ ਹੈ ਅਸੀਂ ਅਖੰਡ ਪਾਠਾਂ ਤੇ ਜਾਂਦੇ ਆ ਬੁੜਿਆਂ ਦੇ ਅਖੰਡ ਪਾਠ ਹੁੰਦੇ ਨੇ 90 ਸਾਲਾਂ ਦਾ ਬੁੱਢਾ ਮਰਿਆ ਹੁੰਦਾ ਅਰਦਾਸ ਕਰਕੇ ਭਾਈ ਹਟਦਾ ਤੇ ਪੰਜ ਪੰਜ ਝੰਕਾਰੇ ਲੋਕ ਛੱਡਦੇ ਨੇ ਕੋਈ ਇਧਰੋਂ ਜਕਾਰਾ ਛੱਡਦਾ ਕੋਈ ਉਧਰੋਂ ਜਕਾਰਾ ਛੱਡਦਾ ਓਏ ਮਰਤੇ 90 ਸਾਲਾਂ ਦਾ ਬੁੱਢਾ ਗਿਆ ਇੱਕ ਝੰਕਾਰਾ ਕਾਫੀ ਅੰਬਰ ਜਿਆਦਾ ਹੈ ਅਖੰਡ ਪਾਠ ਤੋਂ ਬਾਅਦ ਕੇਵਲ ਇੱਕ ਜੰਕਾਰਾ ਛੜਨਾ ਜੇ ਕੋਈ ਮੈਨੂੰ ਪਿੱਛੇ ਉਹ ਜੋਗੀ ਪੰਜ ਜੰਕਾਰੇ ਸਿੰਘ ਕਦੋਂ ਛੜਦਾ ਮੇਰਾ ਜਵਾਬ ਹੈ ਜਦੋਂ ਖਾਲਸਾ ਮਰਨ ਵਾਸਤੇ ਤੁਰਦਾ ਹੈ ਜਦੋਂ ਸ਼ਹੀਦੀ ਪਾਉਣ ਵਾਸਤੇ ਤੁਰਦਾ ਹੈ ਜਦੋਂ ਗੁਰੂ ਕਾ ਮੰਦਰ ਆਜ਼ਾਦ ਕਰਾਉਣ ਵਾਸਤੇ ਤੁਰਦਾ ਹੈ ਪੰਜ ਜੰਕਾਰੇ ਉਦੋਂ ਛੜਦਾ ਛੱਡੇ ਜੰਕਾਰੇ ਬਾਬਾ ਦੀਪ ਸਿੰਘ ਸਾਹਿਬ ਨੇ ਪੰਜ ਜੰਕਾਰੇ ਛੱਡ ਕੇ ਨਗਾਰੇ ਤੇ ਲੱਗੀ ਚੋਟ ਤੇ ਗੁਰੂ ਕਾ ਖਾਲਸਾ ਹਰ ਮੰਦਰ ਆਜ਼ਾਦ ਕਰਾਉਣ ਲਈ ਮਾਲਵੇ ਦੀ ਧਰਤੀ ਤੋਂ ਅਮਰਸਰ ਸਾਹਿਬ ਨੂੰ へ ਐਉ ਚਾਲਾ ਪਾ ਕੇ ਤੁਰਿਆ ਲੱਗੀ ਦੋਰੀ ਚੋਟ ਨਗਾਰੇ ਤੁਰੇ ਛੱਡ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨੋਂਦਰਾ ਪਾਉਣ ਚਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜੇ ਗੱਜ ਦੀ ਹੋਰੀ ਅਕਾਲੀ ਕਿਸੇ ਮੋਢੇ ਪਾਈ ਦੇ ਨਾਲੀ ਕਹਿੰਦੇ ਚਿਹਰੇ ਤੋਂ ਤੇਗ ਜੰਗਾਲੀ ਸਿੰਘ ਕਿਲੇ ਕਫਰ ਦੇ ਟਾਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਤੁਰੇ ਕਰਕੇ ਇਰਾਦਾ ਪੱਕਾ ਤੁਰੇ ਕਰਕੇ ਇਰਾਦਾ ਪੱਕਾ ਵੈਰੀ ਕਰਦੇ ਧਰਮ ਤੇ ੱੱਕਾ ਚਲੇ ਪਾਉਣ ਜਬਰ ਨੂੰ ਡੱਕਾ ਜਿੰਦਵਾਰ ਕੇ ਧਰਮ ਬਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚਲੇ ਗੋਰਦਾਮ ਆਜ਼ਾਦ ਕਰ ਮੋਰ ਮੋਰ ਨਹੀਂ ਜਗ ਤੇ ਆਉਣਾ ਹੱਸ ਹੱਸ ਕੇ ਜਿਸਮ ਲਟਾਉਣਾ ਸਿੱਖੀ ਦੀ ਸ਼ਾਨ ਚਮਕਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਤੋਰ ਪੈ ਪਰਵਾਨੇ ਜੁੜ ਕੇ ਤੋਰ ਪੈ ਪਰਵਾਨੇ ਜੁੜ ਕੇ ਨਹੀਂ ਤਕਣਾ ਪਛਾਣ ਨੂੰ ਮੁੜ ਕੇ ਸਿੱਖ ਬਤ ਨਹੀਂ ਸਕਦੇ ਥੁੜਕੇ ਸਤਗੁਰ ਦੇ ਦਰ ਤੇ ਪਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਭ ਤੁਰ ਪਏ ਵਦਨ ਪਜਾਰੀ ਮਰ ਮਿਟਣਾ ਦਿਲ ਵਿੱਚ ਧਾਰੀ ਜੋ ਸਮੇਂ ਨਿਯੋਗ ਖਿਲਾਰੀ ਮੱਚੀ ਜਬਰੀ ਸ਼ਮਾਂ ਬਜਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਗੱਲਾਂ ਜਿੱਥੇ ਜਿੱਥੇ ਸੁਣ ਪਾਈਆਂ ਸਿੰਘ ਤੁਰ ਪੈ ਕਰਕੇ ਤਾਆਂ ਸਾਦੀ ਤੇਗਾ ਖੂਨ ਧਿਆਆਂ ਹੋਣੀ ਨਾਲ ਹਾਨ ਮਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਲਾਤੀ ਨੱਚ ਕੇ ਆਖਣ ਕੋੜ ਨੱਚ ਨੱਚ ਕੇ ਆਖਣ ਕੋੜ ਫੁੱਲ ਦੀ ਨੀ ਜਾਣਗੇ ਤੋੜੇ ਦੁੰਬੇ ਗਾਜੀ ਜਾਨ ਮਰੋੜੇ ਪਾਪੀ ਦਾ ਨਾਮ ਮਟਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜਮਲੇ ਜੇ ਸਿੰਘਾਂ ਦੇ ਸ਼ੂਕਣ ਜਮਲੇ ਜੇ ਸਿੰਘਾਂ ਦੇ ਸ਼ੂਕਣ ਹਨੂ ਚੜ ਪਿਆ ਲੰਕਾ ਹੂਕਣ ਚੜ ਤੰਦੀਆਂ ਕਮਾਨਾ ਹੂਕਣ ਤੀਰਾ ਨਾਲ ਲੇਖ ਲਿਖਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਸਬਦਾਲ ਆਇਆ ਤੇ ਦੋ ਆਬਾ ਲੈ ਤੁਰਿਆ ਬਡੜਾ ਬਾਬਾ ਕਹਿੰਦਾ ਬੱਲੇ ਮਝੈਲੋ ਸ਼ਾਵਾ ਜੋਗੀ ਰੰਗ ਗੁਰਮਖ ਗਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਇੱਕ ਗੱਲ ਯਾਦ ਰੱਖਣ ਵਾਲੀ ਆ ਭਾਈ ਮਾਲਵੇ ਦੀ ਧਰਤੀ ਤੋਂ ਤੁਰਨ ਵੇਲੇ ਖਾਲਸੇ ਦੀ ਗਿਣਤੀ ਪੌਣੇ 5000 ਇਤਿਹਾਸ ਵਿੱਚ ਲਿਖਿਆ ਹੈ ਮੰਜਲਾਂ ਨੂੰ ਮਾਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰੂ ਕੇ ਮੰਦਰ ਨੂੰ ਆਜ਼ਾਦ ਕਰਾਉਣ ਵਾਲੇ ਸੂਰਮੇ ਜਦੋਂ ਤਰਨਤਾਰਨ ਸਾਹਿਬ ਪਹੁੰਚੇ ਇੱਥੇ ਰਾਤ ਕੱਟੀ ਥੋੜਾ ਸਭ ਗੁਰਦੁਆਰਾ ਤਰਨਤਾਰਨ ਅਜੇ ਮੌਜੂਦ ਹੈ ਜਿੱਥੇ ਬਾਬਾ ਦੀਪ ਸਿੰਘ ਦੇ ਜਥੇ ਨੇ ਰਾਤ ਆਰਾਮ ਕੀਤਾ ਸਵੇਰੇ ਆਰਾਮ ਕਰਕੇ ਕਰਕੇ ਗੁਰੂ ਕੇ ਸਰੋਵਰ ਚੋਂ ਅਸ਼ਨਾਣ ਸੋਧ ਕੇ ਅਰਦਾਸੇ ਖਾਲਸੇ ਅੰਮ੍ਰਿਤਸਰ ਆਜ਼ਾਦ ਕਰਾਉਣ ਨੂੰ ਤੁਰਨ ਲੱਗੇ ਨੇ ਖਲੋਕੇ ਗੁਰੂ ਕੇ ਮੰਦਰ ਦੇ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਖਲੋਕੇ ਬਾਬਾ ਦੀਪ ਸਿੰਘ ਨੇ ਆਖਿਆ ਹੇ ਗੁਰੂ ਅਰਜਨ ਦੇਵ ਮਹਾਰਾਜ ਕੋਈ ਤੇਰੇ ਦਰਬਾਰ ਵਿੱਚ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਹਾਜ਼ਰ ਹੁੰਦਾ ਹੈ ਕੋਈ ਤੇਰੇ ਦਰਬਾਰ ਵਿੱਚ ਕੜਾ ਪ੍ਰਸ਼ਾਦ ਲੈ ਕੇ ਹਾਜ਼ਰ ਹੁੰਦਾ ਕੋਈ ਤੇਰੇ ਦਰਬਾਰ ਵਿੱਚ ਬਸਤਰ ਲੈ ਕੇ ਹਾਜ਼ਰ ਹੁੰਦਾ ਮੈਂ ਸਿਰ ਦਾ ਚੜਾਵਾ ਲੈ ਕੇ ਤੁਰਿਆ ਹਾਂ ਇਹ ਪ੍ਰਵਾਨ ਕਰ ਲਈ ਬਾਬਾ ਦੀਪ ਸਿੰਘ ਸਾਹਿਬ ਨੇ ਅਰਦਾਸ ਛੋਦ ਕੇ ਇੱਥੇ ਲੀਕ ਮਾਰੀ ਹੈ ਕਦੇ ਅੰਮ੍ਰਿਤਸਰ ਸਾਹਿਬ ਜਾਓ ਖਾਲਸਾ ਜੀ ਮੈਂ ਅਪੀਲ ਕਰਦਾ ਹੁਣਾਂ ਕਿ ਕੇਂਦਰੀ ਸਿੱਖ ਅਜੈਬ ਘਰ ਦੇ ਦਰਸ਼ਨ ਜ਼ਰੂਰ ਕਰਿਆ ਕਰੋ ਕੀ ਮਿਲੇਗਾ ਉੱਥੋਂ ਤੁਹਾਨੂੰ ਤੁਹਾਡੇ ਵੱਡ ਵਡੇਰਿਆਂ ਨੇ ਜੋ ਤੇਗਾ ਮਾਰੀਆਂ ਨੇ ਉੱਥੋਂ ਇਹ ਤੁਹਾਨੂੰ ਮਿਲੇਗਾ ਕਿ ਕਸੂਰ ਦੇ ਬ੍ਰਾਹਮਣ ਦੀ ਬ੍ਰਾਹਮਣੀ ਛਡਾਉਣ ਲਈ ਕਾਲਸਾ ਤਿਆਰਪੁਰ ਤਿਆਰ ਹੋ ਕੇ ਕਿਵੇਂ ਜਾ ਰਿਆ ਉਥੋਂ ਤੁਹਾਨੂੰ ਇਹ ਸੀਨ ਮਿਲੇਗਾ ਮਤੀ ਦਾਸ ਆਰੇ ਨਾਲ ਕਿਵੇਂ ਚੀਰਿਆ ਜਾ ਰਿਆ ਉਥੋਂ ਤੁਹਾਨੂੰ ਇਹ ਇਤਿਹਾਸ ਮਿਲੇਗਾ ਬਾਬਾ ਮਨੀ ਸਿੰਘ ਦੇ ਕਿਵੇਂ ਬੰਦ-ਬੰਦ ਕੱਟੇ ਜਾ ਰਹੇ ਨੇ ਗੱਲ ਕੀ ਮਹਾਰਾਜੇ ਰਣਜੀਤ ਸਿੰਘ ਦੇ ਦਰਬਾਰ ਦੀਆਂ ਕਹਾਣੀਆਂ ਤੱਕ ਸਿੰਧਰੀਆਂ ਤੱਕ ਉਥੋਂ ਤੁਹਾਨੂੰ ਸਭ ਕੁਝ ਮਿਲੇਗਾ ਉਥੋਂ ਇਹ ਤੁਹਾਨੂੰ ਸੀਨ ਮਿਲੇਗਾ ਬਾਬਾ ਜੀ ਨੇ ਲੀਕ ਮਾਰੀ ਆ ਜ਼ਮੀਨ ਤੇ ਆਂਦਾ ਸੂਰ ਮਿਓ ਜਿਹੜੇ ਸ਼ਹੀਦੀ ਪਾਉਣ ਲਈ ਆਇਓ ਉਹ ਲੀਕ ਟੱਪਿਓ ਜਿਹੜੇ ਆਇਓ ਤਮਾਸ਼ਾ ਵੇਖਣ ਉਹ ਪਿੱਛੇ ਰਹਿ ਜਾਓ ਇਤਿਹਾਸ ਕਹਿੰਦਾ 10000 ਸੂਰਮਾ ਛਾਲਾ ਮਾਰਦਾ ਮੌਤ ਦੀ ਲੀਕ ਟੱਪ ਗਿਆ ਮੈਨੂੰ ਕਈ ਸੱਜਣ ਕਹਿਣਗੇ ਓਏ ਤੁਰਿਆ ਤੇ ਪੌਣੇ 5000 ਸੀ ਇਥੋਂ 10000 ਕਿਵੇਂ ਹੋ ਗਿਆ ਇਹ ਮਰ ਜਿਉੜਿਆਂ ਦੀ ਕੌਮ ਹੈ ਜਿੰਨੂੰ ਜਿੰਨੂੰ ਪਤਾ ਲੱਗਾ ਹਰ ਮੰਦਰ ਆਜ਼ਾਦ ਕਰਾਉਣ ਜਾ ਰਹੇ ਨੇ ਸੂਰਮੇ ਉਹ ਸੂਰਮੇ ਨਾਲ ਰਲਦੇ ਗਏ ਮਾਲਵੇ ਦੀ ਧਰਤੀ ਤੋਂ ਲੈ ਕੇ ਆਉਂਦਿਆਂ ਇੱਥੇ ਤੱਕ ਮਹਾਰਾਜ ਦੇ ਚਰਨਾ ਤੱਕ ਪਹੁੰਚਦਿਆਂ 10000 ਸੂਰਮਾ ਤਰਨ ਤਰਨ ਤੱਕ ਇਕੱਠਾ ਹੋ ਗਿਆ 10000 ਸੂਰਮਾ ਮੌਤ ਦੀ ਲੀਕ ਟੱਪਿਆ ਛਾਲਾ ਮਾਰਦੇ ਸੂਰਮੇ ਪਹੁੰਚ ਗਏ ਕੋਲਵੜ ਦੇ ਮੈਦਾਨ ਵਿੱਚ ਉਧਰ ਲੱਗਾ ਪਤਾ ਅਬਦਾਲੀਆਂ ਦੀ ਫੌਜ ਨੂੰ ਕਿ ਖਾਲਸਾ ਮੁਕਾਬਲਾ ਕਰਨ ਆ ਗਿਆ ਹੈ ਇਤਿਹਾਸ ਕਹਿੰਦਾ 40000 ਅਬਦਾਲੀ ਜਿਨ੍ਹਾਂ ਦੇ ਦਿਆਂ ਦਿਆਂ ਜਿੱਡੇ ਕਦ ਜਿਨ੍ਹਾਂ ਦੀਆਂ ਖਰੋਟਾਂ ਵਰਗੀਆਂ ਅੱਖਾਂ ਜਿਨ੍ਹਾਂ ਦੇ ਦੇਗਾ-ਦੇਗਾ ਜਿੰਦੇ ਸਿਰ ਜਿਨ੍ਹਾਂ ਦੀਆਂ ਕੋਲੂ ਦੀ ਲੱਠ ਵਰਗੀਆਂ ਲੱਤਾਂ ਸਾਬਤ-ਸਾਬਤ ਦੁੰਬਾ ਖਾ ਜਾਣ ਵਾਲੇ 40 ਹਜ਼ਾਰ ਅਬਦਾਲੀ ਖਾਲਸੇ ਦਾ ਮੁਕਾਬਲਾ ਕਰਨ ਲਈ ਆਏ ਗੁਰਦੇਵ ਸਿੰਘ ਮਾਨ ਨੇ ਇੱਕ ਸੀਨ ਖਿੱਚਿਆ ਕਹਿੰਦਾ ਉਹਨਾਂ ਦੇ ਕੁੜਤੇ 20-20 ਗਜਾਂ ਦੇ ਹਲੇ ਵੀ ਭੀੜੇ ਉਹਨਾਂ ਟਾਂਕੇ ਲਾਏ ਜਾਗਤੀ ਨਾ ਮਾਰੇ ਬੀੜੇ ਉਹਨਾਂ ਮਾਸ ਗੁਲੱਠੀ ਖਾ ਲੈ ਨਾ ਸ਼ੁਰੀਆਂ ਚੀਰੇ ਉਨਾ ਦੁੰਬੇ ਪੁੰਨੇ ਸਾਹ ਤੇ ਕੁਝ ਕੱਚਕ ਤੀੜੇ ਜਿਵੇਂ ਰੁੱਡੀ ਪਾਣੀ ਪੈ ਗਿਆ ਆ ਨਿਕਲੇ ਕੀੜੇ 40000 ਅਬਦਾਲੀ 10000 ਸੂਰਮਿਆਂ ਦਾ ਮੁਕਾਬਲਾ ਕਰ ਲਈ ਇੱਕ ਪਾਸੇ 8 8 ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕਰਨ ਵਾਲੇ ਬਾਪੂ ਸੋਨ ਸਿੰਘ ਕੁਕੇਵਾਲੀਏ ਨੇ ਲਿਖਿਆ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਖਕ ਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਪੰਜ ਕੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜਮਾਉਣੇ ਦੀ ਹੱਸ ਹੱਸ ਛਾਤੀ ਮੂਰੇ ਡਾਵੇ ਤੇਰਾ ਖਾਲਸਾ ਚੱਬੇ ਦੇ ਮੈਦਾਨ ਵਿੱਚ ਪਹੁੰਚ ਗਈਆਂ ਦੋਆ ਤਰ੍ਹਾਂ ਦੀਆਂ ਫੌਜਾਂ ਲੱਗੀਆਂ ਨਗਾਰਿਆਂ ਤੇ ਚੋਟਾਂ ਇੱਕ ਪਾਸੇ ਜਾ ਐਲੀ ਦੇ ਨਾਰੇ ਇੱਕ ਪਾਸੇ ਸਤ ਸ੍ਰੀ ਅਕਾਲ ਦੇ ਜੰਕਾਰੇ ਛੱਡ ਕੇ ਜ਼ਿੰਦਗੀ ਔਰ ਮੌਤ ਦਾ ਮੁਕਾਬਲਾ ਕਰਨ ਲਈ ਸੂਰਮੇ ਹੈ ਐਉਂ ਜੁਟੇ ਸੂਰਾ ਸੋ ਪਛਾਨਿਐ ਜੋ ਲਰੈ ਦੀਨ ਕੇ ਹੈ ਤਾ ਪੁਰਜਾ ਪ੍ਰਜਾ ਕਟ ਮਰੈ ਕਬੂ ਨਾ ਛਾਡੇ ਖੇਤਾ ਲੱਗੀ ਚੋਟ ਨਗਾਰਿਆਂ ਤੇ ਹਣਕੇ ਕੋੜੇ ਅਣਖੀ ਵੀਰ ਬਹਾਦਰ ਆਮੂ ਰਣ ਨੂੰ 모ੜੇ ਉਦਰਵਾਰੀ ਗੱਜ ਦੇ ਅੱਲਾਹੂ ਪੜਦੇ ਕਲਗੀ ਤਰਦੇ ਸੂਰਮੇ ਵਦ ਵਦ ਕੇ ਲੜਦੇ ਲੱਗੀ ਚੋਟ ਨਗਾਰਿਆਂ ਤੇ ਹਣ ਕੇ ਕੋੜੇ ਅਣਖੀ ਬੀਰ ਬਹਾਦਰ ਆਮੂ ਰਣ ਨੂੰ 모ੜੇ ਉਦਰਵਾਰੀ ਗੱਜ ਦੇ ਅੱਲਾਹੂ ਪੜਦੇ ਕਲਗੀ ਧਰਦੇ ਸੂਰਮੇ ਵਧ ਵਧ ਕੇ ਲੜਦੇ ਜੁੰਦੇ ਤੀਰ ਕਮਾਨ ਨੂੰ ਸਤਿਗੁਰੂ ਦੇ ਸੂਰੇ ਉਧਰ ਖਾਨ ਜਹਾਨ ਖਾਇਆ ਡਟਿਆ ਮੂਰੇ ਪਛੋ ਤੌਰੇ ਸਿੰਘਾਂ ਦੇ ਜੋ ਅੱਗੇ ਅੜਦੇ ਤਲਗੀ ਤਰਦੇ ਸੂਰਮੇ ਵਦ ਵਦ ਕੇ ਲੜਦੇ RAM ਸਿੰਘ ਤੇ ਜਾਲ ਸਿੰਘ ਮਾਰਨ ਲਲਕਾਰੇ ਬੀਰ ਸਿੰਘ ਬਲਵੰਤ ਸਿੰਘ ਵੀ ਕਰੇ ਨਹੀਂ ਹਾਰੇ ਚਿਤਰ ਗੁਤਲਾ ਕਈਆਂ ਨੂੰ ਹੱਥ ਕੜੀਆਂ ਖੜਦੇ ਕਲਗੀ ਧਰਦੇ ਸੂਰਮੇ ਵਦ ਵਦ ਕੇ ਲੜਦੇ ਅਗੜ ਸਿੰਘ ਤੇ ਰਾਣ ਸਿੰਘ ਕਰ ਹੱਲਾ ਪੈ ਗਾ ਗਾਜੀ ਭੁਰਜ ਹੰਕਾਰ ਦੇ ਪੜੇ ਅੰਦਰ ਟਹਿ ਗਾ ਮੱਜ ਕੇ ਤੇਗਾ ਜਵਾਨ ਦੀ ਫੁੱਲ ਟਾਲ ਦੇ ਛੜਦੇ ਕਲਗੀ ਧਰਦੇ ਸੂਰਮੇ ਵਦ ਵਦ ਕੇ ਲੜਦੇ ਸਿੱਕੀ ਸ਼ਾਨ ਮਟਾਉਣ ਟਾਉਣ ਨੂੰ ਜੋ ਚੜ ਕੇ ਆਏ ਕਲਗੀ ਧਰਦੇ ਜੋ ਨਿਆਂ ਕਈ ਤਰਤ ਲਟਾਏ ਓ ਧਰਮ ਉਤੋਂ ਜਿੰਦਾ ਵਾਰ ਕੇ ਕਈ ਕਿਸਮਤ ਖੜਦੇ ਕਲਗੀ ਧਰਦੇ ਸੂਰਮੇ ਵਦ-ਵਦ ਕੇ ਲੜਦੇ ਆਖੇ ਬਾਬਾ ਨੌਦ ਸਿੰਘ ਵਦ ਚੱਲੋ ਜਵਾਨੋ ਵੱਲ ਜਹੰਨਮ ਵੈਰੀਆਂ ਦਲ ਕੱਲੋ ਜਵਾਨੋ ਓ ਸੋਨੇ ਪਤੰਗਾ ਮਾਤੇ ਕਦੇ ਭੂੜ ਨਹੀਂ ਸੜਦੇ ਕਲਗੀ ਧਰਦੇ ਸੂਰਮੇ ਵਦ ਵਦ ਕੇ ਲੜਦੇ ਰਾਣੇ ਅੰਦਰ ਲਊ ਮੇਜਦਾ 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 ਸੀ ਹੋ ਗਿਆ ਗਾਰਾ ਹੋਣੀ ਨਾਰ ਉਡੀਕ ਦੀ ਨਹੀਂ ਕਿਸੇ ਦਾ ਲਾਰਾ ਵੀਰ ਬਹਾਦਰ ਸੂਰਮੇ ਵੈਰੀ ਤੇ ਚੜਦੇ ਕਲਗੀ ਤਰਦੇ ਸੂਰਮੇ ਵਦ ਵਦ ਕੇ ਲੜਦੇ ਮੱਜਣ ਤੀਰ ਕਰੂੰਡੀਏ ਕਰੂੰਡੀਏ ਵੈਰੀ ਦੇ ਸੀਨੇ ਰਣ ਵਿੱਚ ਕੋੜੇ ਨੱਚਦੇ ਸੁਰਖੇ ਤੇ ਚੀਨੇ ਸੀਸ ਉਡਾਤੇ ਸਿੰਘਾਂ ਦੇ ਪੈ ਬਾਜ ਥੜਦੇ ਕਲਗੀ ਧਰਦੇ ਸੂਰਮੇ ਵਦ ਵਦ ਕੇ ਲੜਦੇ ਬਖਸ਼ੀ ਖਾਨ ਜਹਾਨ ਨੇ ਜੋ ਜੋ ਦੇ ਭੇਜੇ ਮਾਰੇ ਸਿਂਹਾਂ ਵਿੰਦੇ ਜੋਦਿਆਂ ਦੇ ਨੇਜੇ ਜੋਗੀ ਗੁਰਮਖਾਂ ਸਿੰਘ ਸ਼ੇਰ ਗਏ ਅੱਗੇ ਵੜਦੇ ਕਲਗੀ ਧਰਦੇ ਸੂਰਮੇ ਵਦ ਵਦ ਕੇ ਲੜਦੇ ਏਸ ਤੋਂ ਕੇ ਫਿਰ ਕੀ ਹੋਇਆ ਲਹੂ ਡੋਲਵੀ ਲੜਾਈ ਸ਼ੁਰੂ ਹੋ ਰਹੀ ਹੈ ਜਿੰਦਗੀ ਔਰ ਮੌਤ ਦਾ ਫੈਸਲਾ ਕਰਨ ਲਈ ਦੋਵੇਂ ਕੌਮਾਂ ਲੜ ਰਹੀਆਂ ਨੇ ਅਮੀਰ ਜਾਨ ਖਾਨ ਆਪਣਾ ਹਾਥੀ ਛੇੜ ਕੇ ਇਸ ਲਈ ਵਧਿਆ ਹੈ ਕਿ ਮੈਂ ਬਾਬਾ ਦੀਪ ਸਿੰਘ ਨੂੰ ਘੇਰੇ ਵਿੱਚ ਲੈ ਕੇ ਖਤਮ ਕਰ ਦਵਾਂ ਇਹਨੂੰ ਵੇਖਿਆ ਦਿਆਲ ਸਿੰਘ ਨੇ ਹੰਗ ਸਿੰਘ ਨੇ ਆਵਾਜ਼ ਮਾਰੀ ਓਏ ਅਮੀਰ ਜਾਨ ਖਾਨ ਬਾਬੇ ਦੀਪ ਸਿੰਘ ਵੱਲ ਜਾਣ ਤੋਂ ਪਹਿਲਾਂ ਮੇਰੇ ਨਾਲ ਦੋ ਗੱਲਾਂ ਕਰਕੇ ਜਾ ਕਿਵੇਂ ਦੋਹਾਂ ਤਰ੍ਹਾਂ ਦੀ ਗੱਲਬਾਤ ਹੋਈ ਇਸ ਸੀਨ ਵਿੱਚ ਐਵੇਂ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ ਮੀਰ ਆਣ ਕੇ ਸਿੰਘਾਂ ਦੇ ਮੂਰੇ ਮੀਰ ਆਣ ਕੇ ਆਣ ਕੇ ਸਿੰਘਾਂ ਦੇ ਮੂਰੇ ਵਧ ਆ ਜਾ ਹਾਤੀ ਛੇੜ ਕੇ ਇਹਨੂੰ ਵੇਖਿਆ ਵੇਖਿਆ ਦਿਆਲ ਸਿੰਘ ਸੂਰਮੇ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦਾ ਸੁਣ ਜਾ ਕਹਿੰਦਾ ਸੁਣ ਜਾ ਬਾਤ ਇੱਕ ਖਾਨਾ ਕਹਿੰਦਾ ਸੁਣ ਜਾ ਸੁਣ ਜਾ ਬਾਤ ਏਕਾਂ ਖਾਨਾ ਕਰ ਪਹਿਲਾ ਵਾਰ ਆਪਣਾ ਅਖਰੇ ਚਿੱਤ ਚ ਚਿੱਤ ਚ ਗਮੰਡ ਨਾ ਰਹਿ ਜ ਧੁਖੇ ਨਾਲ ਮਾਰ ਆ ਗਿਆ ਉਹਨੂੰ ਖਾਨ ਨੇ ਉਹਨੂੰ ਖਾਨ ਨੇ ਰੋਵ ਨਾਲ ਵੇਖਿਆ ਉਹਨੂੰ ਖਾਨ ਨੇ ਖਾਨ ਨੇ ਰੋਵ ਨਾਲ ਵੇਖਿਆ ਵਟ ਪੈ ਗੇ ਕਾਲ ਜੇ ਨੂੰ ਵਾਰ-ਵਾਦ ਕੇ ਵਾਦ ਕੇ ਖਾਨ ਨੇ ਕੀਤਾ ਸਿੰਘ ਨੇ ਸੰਭਾਲਾ ਰੋਕਿਆ ਵਾਰੀ ਸਿੰਘ ਦੀ ਓ ਵਾਰੀ ਸਿੰਘ ਦੀ ਅੰਤ ਨੂੰ ਆ ਗਈ ਵਾਰੀ ਸਿੰਘ ਦੀ ਸਿੰਘ ਦੀ ਅੰਤ ਨੂੰ ਆਗ ਸਸਰੀ ਹਤਾਰ ਆਖ ਕੇ ਤੀਰ ਮਾਰਿਆ ਮਾਰਿਆ ਸੂਰਮੇ ਉਸ ਨੂੰ ਛਾਤੀ ਵਿੱਚ ਜਾ ਤਸ ਆਖ ਕੇ ਕੇਰਨੀ ਖਾ ਕੇ ਕੇਰਨੀ ਕੋੜੇ ਤੋਂ ਡਿੱਗਿਆ ਖਾ ਕੇ ਕੇਰਨੀ ਕੇਰਨੀ ਕੋੜੇ ਤੋਂ ਦੇ ਗਿਆ ਸਾਥੀਆਂ ਨੇ ਆਣ ਚੁੱਕਿਆ ਢੋਲੀ ਰੱਖ ਕੇ ਰੱਖ ਜਰਨੈਲ ਨੂੰ ਲੈ ਕੇ ਫੌਜੀਆਂ ਦੇ ਪੰਨਾਂ ਭਾਜੜਾ ਕਹਿੰਦੇ ਫਸ ਗਏ ਓ ਕਹਿੰਦੇ ਫਸ ਗਏ ਕਸੂਤੇ ਆਪਾਂ ਕਹਿੰਦੇ ਫਸ ਗਏ ਫਸ ਗਏ ਕਸੂਤੇ ਆਪਾਂ ਖਾਲਸੇ ਨਾਲ ਛੇੜ ਛੇੜ ਕੇ ਹਾਰ ਜਾਬਦੀ ਜਾਪਦੀ ਮੁਗਲ ਦੀ ਫੋਣੀ ਖਾਲਸੇ ਮੈਦਾਨ ਜਿੱਤਣਾ ਸੂਰੇ ਛਾਤੀਆਂ ਸੂਰੇ ਛਾਤੀਆਂ ਤਾਣ ਕੇ ਲੜਦੇ ਸੂਰੇ ਛਾਤੀਆਂ ਛਾਤੀਆਂ ਤਾਣ ਕੇ ਲੜਦੇ ਕਹਾਣੀ ਹੋ ਗਈ ਲਉ ਮੇਜ ਦੀ ਜੋਦੇ ਲੰਘਦੇ ਲੰਘਦੇ ਲਤਾੜ ਕੇ ਲੋਥਾ ਮੰਦਰ ਆਜ਼ਾਦ ਕਰਾਂਗੇ ਦੇਸ਼ ਕੌਮ ਤੋਂ ਉਹ ਦੇਸ਼ ਕੌਮ ਤੋਂ ਜਿਨ੍ਹਾਂ ਨੇ ਮਾਰਨਾ ਦੇਸ਼ ਕੌਮ ਤੋਂ ਕੌਮ ਤੋਂ ਜਿਨ੍ਹਾਂ ਨੇ ਮਾਰਨਾ ਕਿਸੇ ਦਾ ਨੀ ਸਾਹ ਲੋੜ ਦੇ ਨਾਰੇ ਮਾਰਦੇ ਮਾਰਦੇ ਸੂਲੀ ਤੇ ਚੜ ਕੇ ਕਰਦੇ ਜਵਾਰ ਸੱਚ ਦੀ ਜੇਲ੍ਹਾਂ ਫਾਂਸੀਆਂ ਜੇਲ੍ਹਾਂ ਫਾਂਸੀਆਂ ਨਾਲ ਲਈ ਖੇਡਾਂ ਜੇਲ੍ਹਾਂ ਫਾਂਸੀਆਂ ਫਾਂਸੀਆਂ ਨਾਲ ਲਈ ਕਿ ਨਾ ਕਰਦੇ ਮਖੌਲ ਮਾਤ ਨੂੰ ਦਿਨੇ ਰਾਤ ਬਈ ਰਾਤ ਜੰਗਲਾਂ ਵਿੱਚ ਰਹਿਣਾ ਉਹ ਕਈ ਦਿਨੋਂ ਫਾਕੇ ਕੱਟਣੇ ਨਾਰ ਉਹਨਾਂ ਦੀ ਉਹ ਨਾਰ ਉਹਨਾਂ ਦੀ ਜਾਪਦੀ ਹੋਣੀ ਨਾਰ ਉਹਨਾਂ ਦੀ ਉਹਨਾਂ ਦੀ ਜਾਪਦੀ ਹੋਣੀ ਰਾਂਝਾ ਨੂੰ ਹੀਰ ਜਾਪਦੀ ਫੁੱਲ ਸਿਰਾਂ ਦੇ ਸਿਰਾਂ ਦੇ ਪਤੰਗ ਆਜੋ ਚੜਦੇ ਕੁੱਦ ਦੇ ਚਾਵਾਂ ਜਿੱਤਦੇ ਰਹਿਣਗੇ ਰਹਿਣਗੇ ਜੰਗ ਵਿੱਚੋਂ ਜਿਹੜਾ ਨਸਿਆ ਕਹਿਰ ਕਹਿਣਗੇ ਲਹ ਢੋਲਵੇਂ ਲੜਾਈ ਹੋ ਰਹੀ ਸੀ ਇੱਕ ਤੋਂ ਦੂਸਰਾ ਸੂਰਮਾ ਵੱਧ ਕੇ ਆਪਣੀ ਕੌਮ ਲਈ ਆਪਣੇ ਦੇਸ਼ ਲਈ ਆਪਣੇ ਧਰਮ ਲਈ ਲੜ ਰਿਹਾ ਸੀ ਜ਼ਬਰਦਸਤ ਕਾ ਪਠਾਨ ਆਪਣਾ ਹਾਥੀ ਛੇੜ ਕੇ ਏ ਬਾਬਾ ਦੀਪ ਸਿੰਘ ਵੱਲੇ ਵਧਿਆ ਇਹਦਾ ਮਨ ਸੀ ਇਹਦੀ ਸੋਚ ਸੀ ਇਹਦਾ ਦਿਮਾਗ ਸੀ ਵੀ ਜੇ ਬਾਬੇ ਦੀਪ ਸਿੰਘ ਨੂੰ ਖਤਮ ਕਰ ਦਿੱਤਾ ਜਾਏ ਤੇ ਗੱਲ ਮੁੱਕ ਜਾਏਗੀ ਪਰ ਇਹਨੂੰ ਬਲਵੰਤ ਸਿੰਘ ਨਿਹੰਗ ਸਿੰਘ ਨੇ ਵੇਖਿਆ ਕਹਿੰਦਾ ਓਏ ਜ਼ਬਰਦਸਤ ਖਾਂ ਤੇਰੀ ਮਾਂ ਨੇ ਤੇਰਾ ਨਾਮ ਬੜਾ ਚੰਗਿਆ ਰੱਖਿਆ ਤੇਰਾ ਨਾਮ ਜ਼ਬਰਦਸਤ ਖਾਂ ਤੇ ਮੇਰਾ ਨਾਮ ਬਲਵੰਤ ਸਿੰਘ ਖਾਂ ਨੂੰ ਹਣ ਪਿਆਰਾ ਹੈ ਤੇ ਨਾਮ ਨੂੰ ਨਾਮ ਪਿਆਰਾ ਮੈਂ ਇੱਕ ਸਾਖੀ ਚ ਪੜਿਆ ਇੱਕ ਮੁਸਲਮਾਨ ਅਫਸਰ ਦੇ ਘਰ ਇੱਕ ਮੁੰਡਾ ਪੈਦਾ ਹੋਇਆ ਉਹਦਾ ਉਹਨੇ ਨਾਮ ਰੱਖਿਆ ਕੁੱਤਾ ਉਹਦੇ ਘਰ ਦੂਜਾ ਮੁੰਡਾ ਪੈਦਾ ਹੋਇਆ ਉਹਦਾ ਉਹਨੇ ਨਾਮ ਰੱਖਿਆ ਬਿੱਲਾ ਉਹ ਕਿਸੇ ਸਿਆਣੇ ਨੇ ਆਖਿਆ ਓਏ ਅਫਸਰ ਸਾਹਿਬ ਤੂੰ ਐਡਾ ਵੱਡਾ ਅਫਸਰ ਹੈ ਫੌਜ ਦਾ ਤੇ ਕੁੱਤੇ ਬਿੱਲੇ ਆਪਣੇ ਬੱਚਿਆਂ ਦੇ ਨਾਮ ਰੱਖੀ ਫਿਰਦਾ ਉਹ ਕਹਿੰਦਾ ਗੱਲ ਸੁਣੋ ਮੇਰੇ ਭਾਊ ਗੱਲ ਮੁਕਣੀਆਂ ਕਰਤੂਤ ਤੇ ਗੱਲ ਮੁਕਣੀਆਂ ਗੱਲ ਤੇ ਲਾਲ ਸਿੰਘ ਕਮਰ ਇੱਕ ਸਾਡੇ ਦੇਸ਼ ਦਾ ਕਵੀ ਹੋਇਆ ਉਹ ਕਹਿੰਦਾ ਮਜਬਦਾ ਡਰ ਨਹੀਂ ਗਜਬ ਦਾ ਡਰ ਨਹੀਂ ਕਰਤੂਤ ਦਾ ਡਰ ਹੈ ਕਮਰ ਉੰਜ ਰੱਬ ਦਾ ਵੀ ਡਰ ਨਹੀਂ ਉਸ ਅਫਸਰ ਨੇ ਆਖਿਆ ਮਿੱਤਰਾ ਮੈਂ ਰੱਖਦਾ ਨਾਉ ਕੁੱਤਾ ਮੈਂ ਰੱਖਦਾ ਨਾਉ ਬਿੱਲਾ ਜੇ ਤੇ ਬਿੱਲਾ ਕਰੂਗਾ ਕੰਮ ਚੰਗੇ ਤੇ ਬਲੰਦ ਖਾਂ ਬਣ ਜਾਏਗਾ ਜੇ ਕੁੱਤਾ ਕਰੇਗਾ ਕੰਮ ਚੰਗੇ ਤੇ ਫਿਰ ਕਤਬਦੀਨ ਬਣ ਜਾਏਗਾ ਨਹੀਂ ਤੇ ਕੁੱਤਾ ਬਿੱਲਾ ਤੇ ਹੈਗੇ ਹੀ ਨਾ ਬਲਵੰਤ ਸਿੰਘ ਨਿਹਗ ਸਿੰਘ ਨੇ ਆਖਿਆ ਓਏ ਜ਼ਬਰਦਸਤ ਖਾਂ ਤੇਰੀ ਮਾਂ ਨੇ ਤੇਰਾ ਨਾਮ ਬੜਾ ਚੰਗਾ ਰੱਖਿਆ ਤੂੰ ਜ਼ਬਰਦਸਤ ਖਾਂ ਤੇ ਮੈਂ ਬਲਵੰਤ ਸਿੰਘ ਓਏ ਆ ਹਣ ਮਚਾ ਕੇ ਵੇਖ ਲਈਏ ਬਾਬੇ ਦੀਪ ਸਿੰਘ ਨੂੰ ਮਿਲਣ ਤੋਂ ਪਹਿਲਾਂ ਮੇਰੇ ਨਾਲ ਤੇ ਦੋ ਗੱਲਾਂ ਕਰਕੇ ਜਾ ਜੇ ਮੇਰੇ ਕੋਲੋਂ ਬਚ ਕੇ ਜਾਏਗਾ ਫੇਰ ਬਾਬਾ ਜੀ ਨਾਲ ਗੱਲ ਕਰ ਲਈ ਜਿਵੇਂ ਨਿਹੰਗ ਸਿੰਘ ਬਲਵੰਤ ਸਿੰਘ ਨੇ ਜ਼ਬਰਦਸਤ ਖਾਂ ਜਰਨੈਲ ਨੂੰ ਗਾ ਰਿਆ ਮੇਰੇ ਸਾਥੀ ਐਉ ਬਿਆਨ ਕਰ ਰਹੇ ਨੇ ਸੁਣੀਏ ਤੂੰ ਜ਼ਬਰਦਸਤ ਖਾਏ ਮੈਨੂੰ ਬਾਲਵੰਤ ਸਿੰਘ ਕਹਿੰਦੇ ਉਹ ਮਰਦ ਸਰਉਂਦੇ ਨਹੀਂ ਖੰਨਾ ਜੋ ਬਦਲਾ ਨਹੀਂ ਲੈਂਦੇ ਅਰਜਨਥ ਪਾਦਿਆਰਾ ਲਗਰਾ ਚਰਦਾਰਿਆ ਸੰਨ ਕਰ ਪਹਿਲਾ ਵਾਰ ਤੂੰ ਮਰ ਵਿੱਚ ਮਾਨ ਰਹਿ ਰਖੰਨਾ ਰੋ ਦਸਤ ਖਾਏ ਮੈਨੂੰ ਭਾਲਵੰਤ ਸਿੰਘ ਕਹਿੰਦੇ ਉਹ ਮਰਦ ਸਦਾਉਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ ਓ ਜਨੱਥ ਪਾ ਦਿਆਂਗਾ ਲਗ ਰਾ ਚਰਦਾਰਿਆ ਸਾਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹਿ ਰਾ ਖਾਨਾ ਆਸ਼ਕ ਹੂਰਾਂ ਦਾ ਤੈਨੂੰ ਹੂਰਾਂ ਕੋਲ ਪਜਾਵਾਂ ਕੋਈ ਹਰਕ ਨਹੀਂ ਨਾਵਾ ਚ ਮਿਲ ਗਿਆ ਹਾਨ ਹਾਨ ਨੂੰ ਸਾਵਾਂ ਹਾਨ ਮਚਾ ਲਈਏ ਮਾਰੇ ਹਾਨ ਹਾਨ ਨੂੰ ਤਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖਾਨ ਕਸਮਨ ਦੇ ਚੱਕਰ ਨੇ ਕਿਸਮਤ ਦੇ ਚੱਕਰ ਨੇ ਤੈਨੂੰ ਮੇਰੇ ਕੋਲ ਪਹੁੰਚਾਇਆ ਅਣਜਲਹੀ ਬੰਦੇ ਨੂੰ ਇੱਕ ਤੋਂ ਦੂਜੀ ਜਗਾ ਲਿਆਆ ਹੋਰਾ ਤੇਰੇ ਉਡੀਕੀ ਦੇ ਮਾੜਾ ਚੰਨ ਪਿਓ ਦੇ ਆਪਨ ਮਾੜਾ ਚੰਨ ਪਿਓ ਦੇ ਆਪਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖੰਨਾ ਆਪੜ ਵਿੱਚ ਕੁੱਦ ਪੀਏ ਆਪੜ ਵਿੱਚ ਕੁੱਦ ਪੀਏ ਐਵੇਂ ਦੁਨੀਆ ਨਾ ਮਰਵਾਈਏ ਆ ਅਮਲ ਕਮਾਲਈਏ ਸਿੱਧੇ ਅਸਲੀ ਗੱਲ ਤੇ ਆਈਏ ਹੋ ਜੇ ਮਰਨਾ ਧਰਮ ਲਈ ਮਰਨੋ ਕਰਨਾ ਕਿਉਂ ਬਹਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖੰਨਾ ਬਾਪੇ ਨੂੰ ਫੇਰ ਮਿਲੀ ਪਹਿਲਾ ਹੱਥ ਮੜਾ ਜਾ ਮੈਨੂੰ ਪਹਿਲਾ ਹੱਥ ਮੜਾ ਜਾ ਮੈਨੂੰ ਅਰਸ਼ਾਂ ਵਾਲਾ ਵੇਖ ਜਾ ਰਾ ਪੂਰਾ ਵੇੜ ਕਰਦੀਆਂ ਤੈਨੂੰ ਮਨ ਛੱਡ ਕੇ ਜੀਵਨ ਦੀ ਆਦਾ ਗਾਈਏ ਮੌਤ ਤਰਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹਿਣਾ ਖਾਨਾ ਦਰਵਾਜੇ ਅੱਲਾ ਦੇ ਦਰਵਾਜੇ ਅੱਲਾ ਦੇ ਤਗਮਾ ਦਮ ਕਰਾਈ ਤੇਰਾ ਸਿਰ ਤੇਰਾ ਲਾਉਣ ਲਈ ਚੱਕਰ ਚਮਕ ਰਾਈ ਮੇਰਾ ਉਹ ਦੁਨੀਆਂ ਦੇ ਵੇਖਦੀਆਂ ਮਨ ਵਿੱਚ ਮਾਨ ਰਹੇ ਨਾ ਖੰਨਾ ਉਮਤ ਯੱਲਾ ਦੀ ਮੈਂ ਹਾਂ ਕਲਗੀ ਧਰ ਦਾ ਜਾਇਆ ਮੈਂ ਹਾਂ ਕਲਗੀ ਧਰ ਦਾ ਜਾਇਆ ਆਰੀ ਦਾ ਲਾ ਲਈਏ ਮੌਕਾ ਹੱਥ ਸਬਬੀ ਆਇਆ ਓ ਹਕਮਤੋਂ ਡਰਦਾ ਨਹੀਂ ਹੁੰਦਾ ਜੋ ਅਸਲੀ ਪਰਮਾਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਰ ਰਹੇ ਨਾ ਖੰਨਾ ਆਹਾਨ ਮਚਾ ਲਈਏ ਦੁਨੀਆ ਕੋਲ ਦੁਆ ਦਾ ਵੇਖੇ ਗੱਲ ਮੰਨ ਲੈ ਜੋਗੀ ਦੀ ਲਾਈਏ ਜਿਸਮ ਵਤਨ ਦੇ ਲੇਖੇ ਓ ਫੌਜੀ ਜਰਨਾਲ ਤੂੰ ਤੁਰਿਓ ਬਨ ਜਿੱਤ ਦਾ ਗਾਨ ਬਨ ਜਿੱਤ ਦਾ ਮਾਨ ਵਿੱਚ ਮਾਨ ਰਹਿਣਾ ਖਾਨਾ ਇਹ ਤਾਂ ਹਾਸ ਕਹਿੰਦਾ ਹੈ ਗੁੱਸੇ ਵਿੱਚ ਆ ਕੇ ਜ਼ਬਰਦਸਤ ਖਾਨੇ ਵਾਰ ਕੀਤਾ ਜ਼ਬਰਦਸਤ ਖਾਨ ਦਾ ਵਾਰ ਬਲਵੰਤ ਸਿੰਘ ਨੇ ਢਾਲ ਨਾਲ ਰੋਕਿਆ ਜ਼ਬਰਦਸਤ ਖਾਨ ਨੇ ਦੂਸਰਾ ਵਾਰ ਕੀਤਾ ਬਲਵੰਤ ਸਿੰਘ ਨੇ ਇਹਦਾ ਵਾਰ ਤਲਵਾਰ ਨਾਲ ਰੋਕਿਆ ਜ਼ਬਰਦਸਤ ਖਾਨ ਨੇ ਤੀਸਰਾ ਵਾਰ ਕੀਤਾ ਬਲਵੰਤ ਸਿੰਘ ਨੇ ਇਹਦਾ ਵਾਰ ਚੱਕਰ ਨਾਲ ਚੱਕਰ ਨਾਲ ਰੋਕਿਆ ਚੱਕਰ ਆਉਂਦੇ ਨੂੰ ਚੱਕਰ ਨਾਲ ਰੋਕਣਾ ਕੋਈ ਬੱਚਿਆਂ ਦੀ ਖੇਡ ਨਹੀਂ ਆਇਆ ਗੁੱਸਾ ਜਦੋਂ ਤਿੰਨ ਵਾਰ ਖਾਲੀ ਗਏ ਬਲਵੰਤ ਸਿੰਘ ਨੇ ਆਖਿਆ ਓਏ ਜਬਰਦਸਤ ਖਾਂ ਤੇਰੀ ਮਾਂ ਨੇ ਜਾਂ ਤੇਰੇ ਉਸਤਾਦ ਨੇ ਤੇਰੇ ਪੀਰ ਨੇ ਤੈਨੂੰ ਵਾਰ ਕਰਨ ਦੀ ਜਾਜ ਨਹੀਂ ਦਸੀ ਵਾਰ ਤੇਰੇ ਵਾਂਗ ਨਹੀਂ ਓਏ ਵਾਰ ਸੂਰ ਮੈਂ ਐਉਂ ਕਰਦੇ ਹੁੰਦੇ ਨੇ ਜਿਵੇਂ ਵਾਰ ਕੀਤਾ ਬਲਵੰਤ ਸਿੰਘ ਨੇ ਜਿਵੇਂ ਉਹਦੇ ਵਾਰ ਨੇ ਕੰਮ ਕੀਤਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ ਸੁਣੀਏ ਜਦ ਜਾਵਰਦਸ ਖਾਨੇ ਗੁੱਸੇ ਵਿੱਚ ਆ ਤੀਰ ਚਲਾਇਆ ਜੋੜੇ ਦੇ ਸਿਰ ਤੋਂ ਦੀ ਲੰਗਿਆ ਹੱਥ ਦੇ ਗੁਰਾਂ ਬਚਾਇਆ ਓ ਮਟ ਪੈ ਗਏ ਮੱਥੇ ਤੇ ਜੋਦਾਵਾں ਦੇ ਸ਼ੇਰ ਦੇ ਭੜਕੇ ਓਏ ਪੁੱਤ ਪਠਾਨ ਦੇ ਆ ਹੋਣੀ ਸਿਰ ਤੇਰੇ ਤੇ ਕੜ ਕੇ ਜਦ ਜ਼ਬਰਦਸ ਖਾਨੇ ਗੁੱਸੇ ਵਿੱਚ ਆ ਤੀਰ ਚਲਾਇਆ ਜੋਦੇ ਦੇ ਸਿਰ ਤੋਂ ਦੀ ਲੰਗਿਆ ਹੱਥ ਦੇ ਗੁਰਾਂ ਬਚਾਇਆ ਉਹ ਵਟ ਪੈ ਗਏ ਮੱਥੇ ਉਤੇ ਜੋੜਾ ਵਾਂਗ ਸ਼ੇਰ ਦੇ ਬੜਕੇ ਓਏ ਪੁੱਤ ਪਠਾਣ ਦਿਆ ਹੋਣੀ ਸਿਰ ਤੇਰੇ ਤੇ ਕੜ ਕੇ ਚਟ ਬਦਲ ਪੈ ਤੜੇ ਨੂੰ ਦੂਜਾ ਵਾਰ ਖਾਨ ਨੇ ਕੀਤਾ ਸ਼ੋਵੀਣੀ ਜੋਦੇ ਦੀ ਥੋੜਾ ਖੂਨ ਤੀਰ ਨੇ ਪੀਤਾ ਸਤ ਸ੍ਰੀ ਅਕਾਲ ਕਹੇ ਜੋਦਾ ਸ਼ੇਰ ਫੁੱਬ ਮਾਰੇ ਕਰ ਹੱਲਾ ਜਾਨ ਲਈ ਖਾਨਾ ਯਾਰ ਵਿਛੜ ਗਏ ਸਾਰੇ ਉਂਗਲ ਤੇ ਚਾੜ ਲਿਆ ਉਂਗਲ ਤੇ ਚਾੜ ਲਿਆ ਚੱਕਰ ਪਲਦੋ ਪਾਲ ਕੁਮਾਇਆ ਪੈ ਭੁਖਾ ਬਾਜ ਜਿਉਂ ਅਰਸ਼ੋਂ ਝਟ ਕੁੰਜਾਂ ਵਾਲ ਆਇਆ ਫਿਰ ਜਬਰਦਸਤ ਖਾਂ ਤੋਂ ਰੁਕਿਆ ਚੱਕਰ ਨਾ ਸਿਰ ਲਾ ਗਿਆ ਤਕਵੀਰ ਤੜਫਰੇ ਨੂੰ ਗੁੱਸਾ ਰਸਤਮ ਖਾਨ ਨੂੰ ਆ ਗਿਆ ਕਹਿ ਖਾਨ ਖਾਲਸਾ ਜੀ ਕਰ ਲੋ ਤੁਰਦਰੇਗਾ ਦੇ ਤਿਆਰੇ ਜਗਵੇਦਾ ਕਰਦਾਗਾ ਹੌਸਲਾ ਵਿੱਚ ਆਖਦੇ ਪਲਕਾਂ ਰੇ ਦਿਲ ਸੁਣ ਬਲਵੰਤ ਸਿੰਘਾ ਮੈਨੂੰ ਰੁਸਤਮ ਲੋਕ ਬੁਲਾਉਂਦੇ ਇਸ ਰੰਗਲੀ ਤਰਤੀ ਤੇ ਗਾਰੀ ਵਾਰ-ਵਾਰ ਨਹੀਂ ਆਉਂਦੇ ਜੋ ਮਰਦੇ ਧਰਮ ਉਤ ਜੋ ਮਰਦੇ ਧਰਮ ਉਤ ਵਰਲੇ ਬੁੱਤ ਜੰਮਦੀਆਂ ਮਾਵਾਂ ਸਰਵਰਦਾਂ ਹਣਸਾਂ ਦੇ ਮੋਤੀ ਚੁਗ ਨਹੀਂ ਸਕਣੇ ਕਾਂਵਾ ਓ ਪਰ ਗੱਲ ਖਾਲਸਾ ਦੀ ਕਰੀਏ ਘੋੜਿਓ ਥੱਲੇ ਹੋ ਕੇ ਮੈਂ ਸਿਰ ਦਸਤਾਰ ਸਣੇ ਰੱਖ ਦੂੰ ਨੇਜੇ ਵਿੱਚ ਪਰੋ ਕੇ ਫੇਰੇ ਸ਼ੇਰ ਨੇ ਅੰਗ ਸਿੰਘ ਜੀ ਡੜ ਗਿਆ ਘੋੜਿਓ ਥੱਲੇ ਆ ਕੇ ਤਲਵਾਰ ਨਾਲ ਲੜਨ ਲਈ ਬੱਬਰ ਸ਼ੇਰ ਪੈ ਗਿਆ ਥਾ ਕੇ ਉਹ ਦੋ ਪੁੱਤਰ ਮਾਵਾਂ ਦੇ ਡੱਟ ਕੇ ਆ ਮੋਸਾਂਵੇਂ ਜੁੱਟੇ ਐਦਾਂ ਖੜਕਾਟ ਹੋਵੇ ਪਾਂਡੇ ਨੂੰ ਠਠਿਆਰ ਜੋ ਕੁੱਟੇ ਜੋ ਮਰਦੇ ਸਾਥੀ ਉਤੋਂ ਲੋਕੀਂਵਾਰ ਉਹਨਾਂ ਦੀ ਗਾਉਂਦੇ ਲੋਕੀਂਵਾਰ ਉਹਨਾਂ ਦੀ ਗਾਉਂਦੇ ਗੱਲ ਗੱਪ ਗਿਆਨ ਦੀ ਨਹੀਂ ਦੇ ਕੇ ਸਿਰ ਸਰਦਾਰ ਕਹਾਉਂਦੇ ਓ ਤਲਵਾਰ ਚਲਾਉਂਦਿਆਂ ਰੀਜਾਂ ਧੂਆਂ ਜਵਾਨਾਂ ਲਾਈਆਂ ਪਰ ਦੋਵੇਂ ਜੋ ਚਾਉਂਦੇ ਸੀ ਹੱਲਾ ਤੋੜਨੀ ਚੜੀਆਂ ਦਾਈਆਂ ਪੱਬਾਂ ਪਰ ਹੋ ਹੋ ਕੇ ਪੱਬਾਂ ਪਰ ਹੋ ਹੋ ਕੇ ਸੱਟਾਂ ਇੱਕ ਦੂਜੇ ਨੂੰ ਮਾਰਨ ਜਿੱਤ ਵਸ ਹੈ ਕਰਤੇ ਦੇ ਕਰੋਂ ਤਾਂ ਕੋਈ ਨਹੀਂ ਤੁਰਦਾ ਹਾਰਨ ਓਏ ਉਸਾਂ ਵੀ ਜੰਗ ਹੋਈ ਦੋਵੇਂ ਮੁੜ ਕੋ ਮੁੜਕੀ ਹੋ ਗਏ ਗੱਲ ਯਾਰ ਨੇ ਲਾਉਣਾ ਨਹੀਂ ਕੱਚਾ ਵੇਖ ਜੋ ਕੰਡੇ ਖਲੋਗੇ ਓ ਲੜਦਿਆਂ ਲੜਦਿਆਂ ਦੇ ਓ ਲੜਦਿਆਂ ਲੜਦਿਆਂ ਦੇ ਸਾਂਝੇ ਵਾਰ ਅਖੀਰੀ ਚੱਲੇ ਰੂਮਾਰ ਓ ਡਾਰੀਆਂ ਗਈ ਬਾਰੇ ਆਇਆ ਅਸਲ ਟਿਕਾਣੇ ਮੱਲੇ ਓਟਲਾਂ ਤੇ ਵਜ ਵਜ ਕੇ ਜਾਪਣ ਮੂਤੇ ਡਾਰੇ ਪਾਉਂਦੇ ਸਭ ਵੈਰ ਮਿਟਾ ਕੇ ਤੇ ਹਾਣੀ ਨਾਲ ਖੁਸ਼ੀ ਦੇ ਸੋਂਗੇ ਤਣ ਡਿਗ ਪੈ ਧਰਤੀ ਤੇ ਪੰਜਾ ਇੱਕ ਦੂਜੇ ਨਾਲ ਪਾ ਕੇ ਪੰਜਾ ਇੱਕ ਦੂਜੇ ਨਾਲ ਪਾ ਕੇ ਜੋਗੀ ਸਰਦਾਰ ਕਈ ਗੁਰਮੁਖਵਾਰ ਦੱਸਣਗੇ ਗਾ ਕੇ ਬڑے بڑے ਜੋਦੇ ਹੈਰਾਨ ਸੀ ਭਈ ਇੱਕ ਪਾਸੇ 40000 ਇੱਕ ਪਾਸੇ 10000 ਪੇਸ਼ ਕੋਈ ਨਹੀਂ ਜਾ ਰਹੀ ਸੀਤਲ ਸਾਹਿਬ ਜਿਹੜੇ ਢਾਡੀਆਂ ਦੇ ਪਿਤਾਮਾ ਹੋਏ ਨੇ ਉਹ ਇੱਕ ਥਾਂ ਲਿਖਦੇ ਨੇ ਇਹ ਵੇਖੇ ਖੂਨੀ ਕਾਰੇ ਜਦੋਂ ਜਮਾਲ ਖਾਂ ਉਦੋਂ ਵੇਖ ਨਾ ਗਏ ਸਹਾਰੇ ਸਾਥੀ ਤੜਫਦੇ ਉਹ ਆ ਕੇ ਖੜਾ ਵੰਗਾਰੇ ਬਾਬਾ ਸਾਹਿਬ ਨੂੰ ਕਹੇ ਸਿੰਘਾ ਕਰ ਲੈ ਤਿਆਰੇ ਤੁਰ ਦਰਗਾਹ ਦੇ ਤੂੰ ਲੱਖਾਂ ਕਹਿਰ ਗੁਜਾਰੇ ਮੇਰੇ ਵੇਂਦਿਆਂ ਮੈਂ ਤੁਰ ਦਰਗਾਹ ਪਚਾਵਾਂ ਤੈਨੂੰ ਮਾਰ ਕੇ ਆਇਆ ਗੁੱਸਾ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿੰਦੇ ਓਏ ਨੌਜਵਾਨਾ ਤੇਰੇ ਹੱਥਾਂ ਨੂੰ ਲੱਗੀ ਹੋਈ ਮਹਿੰਦੀ ਦੱਸਦੀ ਆ ਭਈ ਤੂੰ ਨਵਾਂ ਵਿਆਹ ਕਰਾ ਕੇ ਆਇਆ ਓਏ ਮੇਰੀ ਤੇਗ ਦੇ ਸਾਹਮਣੇ ਹਟ ਜਾ ਮੁੰਡਿਆ ਜੇ ਮੇਰੇ ਸਾਹਮਣੇ ਆ ਗਿਓ ਪਾਣੀ ਨਹੀਂ ਮੰਗੇਗਾ ਬਾਬਾ ਦੀਪ ਸਿੰਘ ਨੇ ਕੀ ਆਖਿਆ ਜਰਨੈਲ ਜਮਾਲ ਖਾਨ ਨੇ ਕੀ ਆਖਿਆ ਉਸ ਵੇਲੇ ਦੇ ਉੱਤਰ ਪ੍ਰਸ਼ਨ ਗੱਲਬਾਤ ਨੂੰ ਮੇਰੇ ਸਾਥੀ ਗੁਰਮukh ਸਿੰਘ ਐਮਏ ਤੇ ਸਾਥੀ ਐਉ ਮਿਆਂਨ ਕਰ ਰਹੇ ਹਨ ਜਵਾਨ ਜਹਾਨ ਜਮਾਲ ਖਾਂ ਓ ਮਾਰੀ ਲਲਕਾਰ ਵਾਲਬੇ ਸ਼ਿਤਾਂ ਸਿੰਘ ਜੀ ਹੋ ਜੋ ਤੁਰਤ ਤਿਆਰ ਓ ਇੱਕ ਇੱਕ ਗਾਜੀ ਮਰੇ ਦਾ ਪਾ ਦਿਆਂਗਾ ਮੈਂ ਮੁੱਲਾ ਸਿੱਖੀ ਖੜੀ ਬਹਾਰ ਤੇ ਜਾਓ ਵਕਾਰ ਦਾ ਵਧਿਆ ਬਾਬੇ ਵੱਲ ਕਹਿੰਦਾ ਤੇਰਾ ਸਿੰਘ ਜੀ ਮੁੱਕ ਗਿਆ ਅਨਜਲ ਅੱਖਾਂ ਉਹਦੀਆਂ ਮਗਦੀਆਂ ਜੋ ਅਗਦੇ ਅੰਗਿਆਰ ਵਧਿਆ ਅੱਗੇ ਵਾਰ ਲਈ ਖਾਨ ਬੜਾ ਹੁਸ਼ਿਆਰ ਮੁਰਕਾ ਮੁਰਕੀ ਹੋ ਗਿਆ ਮੁਰਕਾ ਮੁਰਕੀ ਹੋ ਗਿਆ ਖਾਨ ਗੁੱਸੇ ਦੇ ਨਾਲ ਆਖੇ ਬਾਬਾ ਸਾਹਿਬ ਦੀ ਤੁਰੇ ਬਲਾਉਂਦਾ ਕਾਲ ਉਹ ਦਿਲ ਵਿੱਚ ਮਾਣ ਨਾ ਰਹਿ ਜਾਵੇ ਬੁੱਢਿਆ ਤੇਗ ਸੰਭਾਲ ਮਲਾਚ ਮੇਰੀ ਤੇਗ ਦਾ ਲਗਾ ਲੈਣ ਜੰਗਾਲ ਸੁਣੀ ਜੇ ਬਾਬਾ ਸਾਹਿਬ ਨੇ ਖਾਨ ਬੋਲਦਾ ਕੂੜਾ ਇਹਦਾ ਜਹਨਮ ਜਾਣਦਾ ਬਣਿਆ ਜਾਪੇ ਮੂੜ ਸੂਰਜ ਚੜਦਾ ਜਿਸ ਤਰਾਂ ਇਉਂ ਪਖਦਾ ਸਰਦਾਰ ਬਿਜਲੀ ਤੋਂ ਵੱਧ ਚਮਕਦੀ ਜੋਦੇ ਦੀ ਤਲਵਾਰ ਗੁੱਡੀ ਚੜਦੀ ਉਹਨਾਂ ਦੀ ਓਏ ਪੱਲੇ ਜਨਾਂ ਦੇ ਸੱਚ ਗੁੱਡੀ ਚੜਦੀ ਉਹਨਾਂ ਦੀ ਪੱਲੇ ਜਨਾਂ ਦੇ ਸੱਚ ਧਰਮ ਯੋਧ ਦੀ ਸ਼ਮਾ ਤੇ ਜਾਨ ਪਤੰਗੇ ਮੱਤ ਓ ਡੋਲੇ ਫੜਕੇ ਸ਼ੇਰ ਦੇ ਓਏ ਮੱਥੇ ਤੇ ਵਾਟਾ ਖਾਨਾ ਤੈਥੋਂ ਸਿੰਘ ਦਾ ਰੋਮਨੀ ਹੋਣਾ ਕੱਟ ਅੱਗਿਆ ਹੰਕਾਰ ਆ ਓਏ ਅੱਗਿਆ ਹੰਕਾਰ ਆ ਹੋ ਕਿਉਂ ਹੜਾ ਨ ਮਾਰ ਠੰਡਾ ਤੇਰੇ ਜਿਸਮ ਚੋਂ ਨਿਕਲ ਜਾਏਗਾ ਪਾਰ ਹੋ ਤੇਰਾ ਹਜ਼ਰਤ ਅਲੀ ਹੈ ਮੇਰਾ ਦਸਵਾ ਪੀਰਾ ਦਿਲ ਵਿੱਚ ਰਹਿ ਅਰਮਾਨ ਨਾ ਕਰ ਲੈ ਵਾਰ ਅਖੀਰ ਦੋਵਾਂ ਦਲਾਂ ਦੇ ਸੂਰਮੇ ਲਾਗੇ ਲਾਗੇ ਆਣ ਅੱਖ ਬਚਾ ਕੇ ਢੰਗ ਨਾਲ ਲੱਗੇ ਵਾਰ ਚਲਾਨ ਮੱਖੜੀ ਪੜੇ ਸਰੀਰ ਦੇ ਲੱਗੇ ਨਿਕਲਣ ਵਾਟਾ ਪੈਂਦੀ ਉੱਪਰ ਠਾਲ ਦੇ ਵਾਂਗ ਵਧਾਣਾ ਛੱਟ ਗੁੱਸਾ ਲੈ ਲੈ ਸੂਰ ਮੇਂ ਇੱਕ ਦੂਜੇ ਨੂੰ ਪੈਣ ਗੁੱਸਾ ਲੈ ਲੈ ਸੂਰ ਮੇਂ ਇੱਕ ਦੂਜੇ ਨੂੰ ਪੈਣ ਦੂਜੇ ਦੇਵਾਰ ਨੂੰ ਉੱਥੇ ਮਰਦਾਂ ਲੰਗਰ ਸੈਣ ਵੇਂਦੇ ਆਵੇਂ ਦਾ ਜੋਗਿਆ ਹੋ ਗਏ ਲਹੂ ਲਹਾਨਾ ਡਿਗ ਪਏ ਸੰਦੇਵਾਰ ਨਾਲ ਦੋ ਪਾਸਿਆਂ ਦੇ ਜਾਨਾ ਕੰਟਿਆਂ ਵੱਧੀ ਜੰਗ ਤੋਂ ਬਾਅਦ ਵਾਰ ਸਾਂਝਾ ਹੋ ਗਿਆ ਦੋਵੇਂ ਸੂਰਮੇ ਧਰਤੀ ਤੇ ਡਿਗ ਪਏ ਵਾਰ ਸਾਂਝਾ ਹੋ ਜਾਂਦਾ ਹੈ ਕਦੇ ਹਜੂਰ ਸਾਹਿਬ ਜਾਓ ਉੱਥੇ ਇੱਕ ਨਿਹੰਗ ਸਿੰਘ ਹੈ ਬੁੱਢਾ ਨਿਹੰਗ ਸਿੰਘ ਉਹਦੀ ਇੱਕ ਲੱਤ ਲੱਕੜ ਦੀ ਹੈ ਉਹਨੂੰ ਮਾਸਟਰ ਜੀ ਵੀ ਕਹਿੰਦੇ ਨੇ ਉਹਨੂੰ ਉਸਤਾਦ ਜੀ ਵੀ ਕਹਿੰਦੇ ਨੇ ਪਤਾ ਨਹੀਂ ਉਹ 40 ਸਾਲ ਤੋਂ ਲੈ ਕੇ ਗਤਕਾ ਸਿਖਾ ਰਿਹਾ ਜਿਹੜੇ ਨਿਹੰਗ ਸਿੰਘ ਗਤਕਾ ਸਿੱਖਣ ਜਾਂਦੇ ਨੇ ਭਲੱਥਾ ਸਿੱਖਣ ਜਾਂਦੇ ਨੇ ਤਲਵਾਰ ਚਲਾਉਣੀ ਸਿੱਖਣ ਜਾਂਦੇ ਨੇ ਉਹ ਸਿਖਾਉਂਦਾ ਹੈ ਮੈਂ 1960 ਵਿੱਚ ਉੱਥੇ ਗਿਆ ਸਰੂਪ ਸਿੰਘ ਤੇ ਜਗੀਰ ਸਿੰਘ ਮੇਰੇ ਨਾਲ ਸਨ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਮੈਂ ਕਿਹਾ ਮਾਸਟਰ ਜੀ ਇਹ ਲਤ ਲੱਕੜ ਦੀ ਕਿਵੇਂ ਬਣ ਗਈ ਉਹ ਹੱਸ ਪਿਆ ਮੈਨੂੰ ਕਹਿਣ ਲੱਗਾ ਜੋਗਿਆ ਇਹ ਵੀ ਇੱਕ ਇਤਿਹਾਸ ਹੈ ਮੈਂ ਕਿਹਾ ਉਸਤਾਦ ਜੀ ਇਤਿਹਾਸ ਦੱਸੋ ਮੈਂ ਤੁਹਾਡਾ ਇਤਿਹਾਸ ਰਿਕਾਰਡ ਕਰਾਵਾਂਗਾ ਕਹਿਣ ਲੱਗਾ ਜੋਗੀ ਇੱਕ ਅੰਗਰੇਜ਼ ਬੱਚਾ ਇੰਗਲੈਂਡ ਚੋਂ ਮੇਰੇ ਨਾਲ ਗਤਕਾ ਖੇਡਣ ਆਇਆ ਮੇਰੇ ਨਾਲ ਪੁਲੱਥਾ ਖੇਡਣ ਆਇਆ ਐਡਾ ਖਿਡਾਰੀ ਸੀ ਐਡਾ ਉਹ ਮੰਨਿਆ ਹੋਇਆ ਸੀ ਕਿ ਉਹਨੂੰ ਮਾਨਸੀ ਮੇਰਾ ਵਾਰ ਕੋਈ ਰੋਕ ਨਹੀਂ ਸਕਦਾ ਕਹਿੰਦਾ ਸੌਦਾ ਇਹ ਹੋ ਗਿਆ ਰਾਜਾ ਹੈਦਰਾਬਾਦ ਦੀ ਕਚਹਿਰੀ ਵਿੱਚ ਸੌਦਾ ਹੋ ਗਿਆ ਭਈ ਕੋਈ ਕਿਸੇ ਨੂੰ ਮਾਰਦਾ ਕਿਸੇ ਦੀ ਤਲਵਾਰ ਕਿਸੇ ਦਾ ਅੰਗ ਵੱਢਦਾ ਕਿਸੇ ਦਾ ਸਿਰ ਵੱਢਦਾ ਉਹਦਾ ਮੁਕਦਮਾ ਕਿਤੇ ਨਹੀਂ ਚੱਲੇਗਾ ਮੈਂ ਕਿਹਾ ਉਸਤਾਦ ਜੀ ਫਿਰ ਕਹਿੰਦਾ ਫਿਰ ਜੋਗਿਆ ਲੋਕੀ ਇਕੱਠੇ ਹੋ ਗਏ ਤਮਾਸ਼ਾ ਵੇਖਣ ਲਈ ਹਜੂਰ ਸਾਹਿਬ ਦੀ ਧਰਤੀ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਪੰਡਾਲ ਵਿੱਚ ਹਜ਼ਾਰਾਂ ਲੋਕ ਇਕੱਠੇ ਹੋ ਗਏ ਤੇ ਫਿਰ ਕਹਿੰਦਾ ਖੇਡਾਂ ਸ਼ੁਰੂ ਹੋਈਆਂ ਮੈਂ ਕਿਹਾ ਉਸਤਾਦ ਜੀ ਫਿਰ ਕਹਿੰਦਾ ਬੜਾ ਖਿਡਾਰੀ ਹੋ ਅੰਗਰੇਜ਼ ਬੜਾ ਚਲਾਕ ਅੰਗਰੇਜ਼ ਮੈਂ ਵੀ ਸਮਝਦਾ ਸਾਂ ਆਪਣੇ ਆਪ ਨੂੰ ਉਸਤਾਦ ਤੇ ਉਹ ਵੀ ਸਮਝਦਾ ਸੀ ਆਪਣੇ ਆਪ ਨੂੰ ਉਸਤਾਦ ਨਾ ਮੇਰਾ ਵਾਰ ਲੱਗਾ ਨਾ ਉਹਦਾ ਵਾਰ ਲੱਗਾ ਅੱਧਾ ਘੰਟਾ ਖੇਡਾਂ ਹੋਈਆਂ ਤੇ ਟਾਈਮ ਸਮਾਪਤ ਹੋ ਗਿਆ ਐਲਾਨ ਕੀਤਾ ਸਕੱਤਰ ਨੇ ਪਈ ਇਹ ਖੇਡਾਂ ਭਲਕੇ ਫੇਰ ਹੋਣਗੀਆਂ ਕਹਿੰਦਾ ਜੋਗਿਆ ਦੂਸਰੇ ਦਿਨ ਉਦੋਂ ਵੀ ਵੱਧ ਲੋਕਾਂ ਦਾ ਇਕੱਠ ਹੋ ਗਿਆ ਖੇਡਾਂ ਫੇਰ ਸ਼ੁਰੂ ਹੋਈਆਂ ਕਹਿੰਦਾ ਖੇਡਾਂ ਖੇਡਦਿਆਂ ਖੇਡਦਿਆਂ ਅੱਧਾ ਘੰਟਾ ਫੇਰ ਲੰਘ ਗਿਆ ਨਾ ਮੇਰਾ ਵਾਰ ਲੱਗਾ ਨਾ ਉਹਦਾ ਵਾਰ ਲੱਗਾ ਨਾ ਉਹਦਾ ਦਾ ਲੱਗਾ ਨਾ ਮੇਰਾ ਦਾ ਲੱਗਾ ਸਕੱਤਰ ਕਹਿਣ ਲੱਗਾ ਮਿੱਤਰੋ ਕੱਲ ਫੈਸਲਾ ਹੋ ਜਾਏਗਾ ਕੱਲ ਫਾਈਨਲ ਮੈਚ ਹੋਏਗਾ ਕੱਲ ਪਤਾ ਲੱਗ ਜਾਏਗਾ ਕਿਹੜੀ ਮਾਂ ਦਾ ਲਾਲ ਵਾਰ ਚੱਲਦਾ ਤੇ ਕਿਹੜਾ ਰੋਕਦਾ ਮੈਂ ਕਿਹਾ ਫਿਰ ਬਾਪੂ ਕਹਿੰਦਾ ਖੇਡਾਂ ਤੀਸਰੇ ਦਿਨ ਸ਼ੁਰੂ ਹੋ ਗਈਆਂ ਕਹਿੰਦਾ ਫਿਰ ਖੇਡਾਂ ਹੁੰਦਿਆਂ ਹੁੰਦਿਆਂ ਮੁੜਕੋ ਮੁੜਕੀ ਹੋ ਗਏ ਅੱਧਾ ਘੰਟਾ ਪੂਰਾ ਹੋ ਚਲਿਆ ਇਰੋ ਸਕੱਤਰ ਨੇ ਆਖਿਆ ਰ ਹੁਣ ਫੈਸਲਾ ਕਰ ਲੋ ਮਿੰਟ ਡੂੜ ਰਹਿ ਗਿਆ ਮੈਂ ਕਿਹਾ ਫਿਰ ਕਹਿੰਦਾ 1 ਮਿੰਟ ਰਹਿ ਗਿਆ ਸੀ ਜੋਗੀ ਤੇ ਵਾਰ ਸਾਂਝਾ ਹੋ ਗਿਆ ਕਹਿੰਦਾ ਫੌਜਾਂ ਦੀ ਲੱਤ ਵੱਢੀ ਗਈ ਅੰਗਰੇਜ਼ ਦਾ ਸਿਰ ਵੱਢਿਆ ਗਿਆ ਉਦੀ ਤੇ ਗਈ ਲੋਥ ਇੰਗਲੈਂਡ ਨੂੰ ਤੇ ਮੇਰੀ ਲੱਤ ਪੂਨੇ ਦੇ ਮਿਸਤਰੀ ਨੇ ਲੱਕੜ ਦੀ ਲਾਤੀ ਆ ਇਹ ਏਡੀ ਚੰਗੀ ਆ ਏਡੀ ਪੱਕੀ ਆ ਇਹਦੇ ਤੇ ਵੇਲੇ ਕੋਲੇ ਤਲਵਾਰ ਵੱਜ ਵੀ ਜਾਵੇ ਨਾ ਤੇ ਫਿਰ ਕੁਝ ਵਿਗਾੜਦੀ ਨਹੀਂ ਮੈਂ ਹੱਸ ਕੇ ਆਖਿਆ ਬਾਪੂ ਫਿਰ ਦੂਸਰੀ ਵੀ ਬੜਵਾ ਕੇ ਲੱਕੜ ਦੀ ਲਾਲਾ ਹੱਸ ਕੇ ਕਹਿਣ ਲੱਗਾ ਬਾਬਾ ਜੋਗਿਆ ਜੇ ਤੇਰੇ ਵਰਗਾ ਕੋਈ ਵੜ ਦੂ ਤੇ ਫਿਰ ਲਵਾ ਲਵਾਂਗੇ ਆਪੇ ਦਿਨਾਂ ਵੱਢੀ ਜਾਂਦੀ ਉਸ ਨਿਹੰਗ ਸਿੰਘ ਨੇ ਦੱਸਿਆ ਕਿ ਵਾਰਸਾਂ ਜਾ ਹੋ ਜਾਂਦਾ ਹੈ ਵਾਰਸਾਂ ਜਾ ਹੋ ਗਿਆ ਬਾਬਾ ਦੀਪ ਸਿੰਘ ਧਰਤੀ ਤੇ ਡਿੱਗ ਪਿਆ ਉਧਰ ਜਮਾਲ ਖਾਨ ਧਰਤੀ ਤੇ ਡਿੱਗ ਪਿਆ ਹੁਣੀ ਖੇਲ ਖਲਾ ਕੇ ਹੱਸੀ ਖੜਖੜ ਹੱਸ ਕੇ ਹੋਣੀਉ ਕਹਿਣ ਲੱਗੀ ਹਾਲੇ ਹਰੀ ਮੰਦਰ ਤੇਰਾ ਆਇਆ ਨਹੀਂਓ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਬਚਨ ਬੋਲਿਆ ਤੋੜ ਚੜਾਇਆ ਨਹੀਂਓ ਹੋਣੀ ਨੇ ਕੀ ਆਖਿਆ ਤੁਸੀਂ ਗੁਰਮੁਖ ਸਿੰਘ ਦੀ ਜਬਾਨੀ ਉਚਾਰ ਲੈਣਾ ਸੁਣੀ ਲੋ ਖੜਖੜ ਹੱਸ ਕੇ ਹੋਣੀ ਕਹਿਣ ਲੱਗੀ ਖੜਖੜ ਹੱਸ ਕੇ ਹੋਣੀ ਕਹਿਣ ਲੱਗੀ ਹਾਲਾ ਹਰੀ ਮੰਦਰ ਤੇਰਾ ਆਇਆ ਨਹੀਂਓ ਦਮ ਦਮੇ ਦਮ ਘਰੇ ਪਿਆ ਮਾਰਦਾ ਸਾ ਦਮ ਦਮੇ ਦਮ ਘਰੇ ਪਿਆ ਮਾਰਦਾ ਸਾ ਬਾਬਾ ਸੀਸ ਤੂੰ ਪੇਟ ਚੜਾਇਆ ਨਹੀਂਓ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਬਚਨ બોલ્યા તોડ ચડાયા નઈઓ તон ਲગ્યા ਜਿਹੜੀ ਅਰਦਾਸ ਕੀਤੀ ਤੁਰਨਾ ਲਗਿਆ ਜਿਹੜੀ ਅਰਦਾਸ ਕੀਤੀ ਬਾਬਾ ਸਿੱਖੀ ਦਾ ਯੋਗਰ ਵਿਖਾਇਆ ਨਹੀਂਓ ਤੇਰਾ ਵੈਰੀਆਂ ਨੇ ਮੰਦਰ ਮੱਲਿਆਈ ਤੇਰਾ ਵੈਰੀਆਂ ਨੇ ਮੰਦਰ ਮੱਲਿਆਈ ਦੇ ਕੇ ਸੀਸ ਆਜ਼ਾਦ ਕਰਵਾਇਆ ਨਹੀਂਓ ਬਚਾਇਆ ਨਹੀਂਓ ਇੰਨਾ ਜਿਹੜੇ ਸ਼ਹੀਦਾਂ ਨੂੰ ਸਿਮਰਦਾ ਸੈਂਾ ਜਿਹੜੇ ਸ਼ਹੀਦਾਂ ਨੂੰ ਸਿਮਰਦਾ ਸੈਂਾ ਉਹਨਾ ਵੇਖ ਲੈ ਤੈਨੂੰ ਬਚਾਇਆ ਨਹੀਂਓ ਸੇਵਾਸ ਤੇ ਹੋਣੀ ਪਰਬਲ ਬਾਬਾ ਐਸੇ ਵਾਸਤੇ ਹੋਣੀ ਪਰਬਲ ਬਾਬਾ ਉਹਦਾ ਕਿਸੇ ਨੇ ਬਚਨ ਉਲਟਾਇਆ ਨਹੀਂਓ ਆਏ ਨੇ ਪਾੜਵਾ ਦੇ ਉਹਦਾ ਕਿਸੇ ਨੇ ਮੁਖ ਪਾਵਾਇਆ ਨਹੀਂਓ ਖੱਪਰ ਲਹੂ ਦੇ ਓਪੀਗੇ ਰਾਜ ਦੀਨ ਖੱਪਰਾ ਲਹੂ ਦੇ ਓਪੀਗੇ ਰਾਜ ਦੀਨ ਹਾਲਾ ਕਿਸੇ ਉਹਨੂੰ ਡਕਾ ਪਾਇਆ ਨਹੀਂਓ ਰਸਤੇ ਵਿੱਚ ਕੌ ਡਿਗਦਾ ਨਿਹੰਗ ਸਿੰਘਾ ਨਿਹੰਗ ਸਿੰਘਾ ਰਸਤੇ ਵਿੱਚ ਕੌ ਡਿਗਦਾ ਨਿਹੰਗ ਸਿੰਘਾ ਚਾਹੀਏ ਸਿੱਕੀ ਦਾ ਰਤਬਾ ਘਟਾਇਆ ਨਹੀਂਓ ਸ਼ੌਂਕੀ ਗੁਰਮਖਾਂ ਦਾ ਸੂਰਜ ਛਪਣ ਲੱਗਾ ਸ਼ੌਂਕੀ ਗੁਰਮਖਾਂ ਦਾ ਸੂਰਜ ਛਪਣ ਲੱਗਾ ਹਾਲਾ ਜੋਗੀਆਂ ਦਾ ਡੇਰਾ ਆਇਆ ਨਹੀਂਓ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਾ ਕਰਦੇ ਕਰਦੇ ਦੱਸਦੇ ਹੁੰਦੇ ਸੀ ਇੱਕ ਚੱਬੇ ਪਿੰਡ ਦਾ ਨਿਹੰਗ ਸਿੰਘ ਜਿਹਦਾ ਨਾਂ ਨੱਥਾ ਸਿੰਘ ਦੱਸਿਆ ਉਹ ਕੋਲ ਖਲੋਤਾ ਸੀ ਉਹ ਮੋਛ ਨੂੰ ਤਾ ਦੇ ਕੇ ਕਹਿਣ ਲੱਗਾ ਹੋਣੀਏ ਇਹਦਾ ਅਜੇ ਕੀ ਵਿਗੜਿਆ ਜੇ ਉੱਠ ਕੇ ਲੜਨ ਲੱਗ ਜਾਏ ਤਾਂ ਬਾਬਾ ਜੀ ਕਹਿੰਦੇ ਨੇ ਫਿਰ ਬਾਬਾ ਦੀਪ ਸਿੰਘ ਦੇ ਬੁੱਲ ਫਰਕੇ ਬਾਬਾ ਦੀਪ ਸਿੰਘ ਦੇ ਹੱਥਾਂ ਨੇ ਹਰਕਤ ਕੀਤੀ ਬਾਬਾ ਦੀਪ ਸਿੰਘ ਨੇ ਖੱਬੀ ਤਲੀ ਤੇ ਰੱਖਿਆ ਸੀਸ ਤੇ ਸੱਜੇ ਹੱਥ ਵਿੱਚ ਫੁਲਾਦੀ ਖੰਡਾ ਫੜ ਕੇ ਜੇਵੇਂ ਕੌਮ ਦੀ ਅਗਵਾਈ ਕਰਦਾ ਬਾਬਾ ਦੀਪ ਸਿੰਘ ਅੰਮ੍ਰਿਤਸਰ ਪਹੁੰਚਾ ਇਸ ਬੰਬ ਛੰਦ ਵਿੱਚ ਸੁਣੋਗੇ ਕਵੀਸ਼ਰੀ ਦੇ ਸ਼ੰਤ ਤੁਸੀਂ ਬੜੇ ਸੁਣੇ ਨੇ ਮਿੱਤਰੋ ਪਰ ਇਹ ਜਿਹੜਾ ਬੰਬ ਛੰਦ ਹੈ ਇਹ ਕਵੀਸ਼ਰੀ ਦੀ बीए ਦਾ ਪੇਪਰ ਹੈ ਨਾ ਹਰ ਬੰਦਾ ਬੰਬ ਛੰਦ ਲਿਖ ਸਕਦਾ ਨਾ ਹਰ ਬੰਦਾ ਬੰਬ ਛੰਦ ਗਾ ਸਕਦਾ ਸੁਣੋ ਮੁੰਡਿਆਂ ਤੋਂ ਬਾਬਾ ਦੀਪ ਸਿੰਘ ਜੀ ਕੌਮ ਦੀ ਅਗਵਾਈ ਕਰਦੇ ਅੰਮ੍ਰਿਤਸਰ ਸਾਹਿਬ ਕਿਵੇਂ ਪਹੁੰਚੇ ਇਹ ਬੇਨਤੀ ਕੀਤੀ ਜਾ ਰਹੀ ਹੈ ਜੀ ਸੁਣੀਏ ਉਠੇ ਬਾਬਾ ਦੀਪ ਸਿੰਘ ਜੋ ਦਾ ਖੰਡਾ ਹੱਥ ਫੜ ਕੇ ਆ ਯਾਦ ਕਰੀ ਅਰਦਾਸ ਗੁਰੂਦਰ ਖੜ ਕੇ ਮੈਂ ਰਣ ਵਿੱਚ ਮਾਰਾਂ ਆਏ ਮੁਗਲ ਜੋ ਚੜ ਕੇ ਸੀਸ ਚੱਕ ਲਿਆ ਰਾਤ ਤੱਕ ਲਿਆ ਦਲੇਰ ਨੇ ਖੰਡਾ ਵੋਣਾ ਸ਼ੁਰੂ ਕਰਿਆ ਸਿੰਘ ਸ਼ੇਰ ਨੇ ਜੋ ਥਕੇ ਗੁਰਾਂ ਦੀ ਓਟ ਕਰੇ ਨਾ ਹਾਰੇ ਹਰ ਥਾਂ ਦੇ ਗੱਲਾਂ ਪੁਜੀਆਂ ਰਣ ਵਿੱਚ ਸਾਰੇ ਕਈ ਨਸ ਕੇ ਜਾਨ ਮਚਾਉਣਾ ਨਸੀਬਾਂ ਮਾਰੇ ਖੰਡਾ ਚੱਲਦਾ ਕੋਈ ਨਹੀਂ ਚੱਲਦਾ ਖੇਰ ਦਾ ਚਰੀਵਾਨ ਵੈਰੀ ਵੱਡਦਾ ਖੰਡਾ ਸ਼ੇਰ ਦਾ ਓਏ ਸਿੰਘ ਦੇ ਲੋ ਹਸ਼ਿਆਰ ਜੋ ਵੈਰੀ ਰੋਲਣ ਹੜ ਧਰਮ ਰਾਜ ਦੀ ਤੱਕੜੇ ਸਿਰਾਂ ਨੂੰ ਤੋਲਣ ਸੀਖੋ ਜੀ ਵਿੱਚ ਸੰਗ ਸ਼ੇਰ ਜਕਾਰੇ ਬੋਲਣ ਵੈਰੀ ਰੋਣ ਪੈ ਦੁਖੀ ਹੋਣ ਪੈ ਨਸਦੇ ਸਿਰਾਂ ਮੇਨਾਂ ਸਿੰਘ ਲੜਦੇ ਜਾਂਦੇ ਦੱਸਦੇ ਕੋਈ ਉਤੇ ਟਾਲਕ ਤੇਗ ਚਲਾਵੇ ਕੋਈ ਯਾਰ ਯਾਰ ਦੇ ਨਾਲ ਪੈ ਹੱਥ ਮਿਲਾਵੇ ਕੋਈ ਅੱਲਾ ਯੱਲਾ ਕਰਦਾ ਜਾਨ ਬਚਾਵੇ ਜੰਗ ਮੱਚਦੀ ਤੇਗ ਨੱਚਦੀ ਚੱਲਦੀ ਵਿਆਹ ਸੀ ਜੋ ਲਾੜੀਆਂ ਨਾ ਮੌਤ ਮਲਦੀ ਜੋ ਮਾਰਨ ਸੱਟ ਲਵਾਰੋਂ ਤੇਗਾ ਖੜਕਣੇ ਸਿੰਘ ਵਦੇ ਹੌਸਲੇ ਲੜਦੇ ਦੁਸ਼ਮਣ ਝੜਕਣ ਸੀ ਦੂਤmaat ਦੇ ਫਿਰਦੇ ਉਸਨ ਤੇ ਮੜਕਣ ਵੈਰੀ ਮੁੱਕਦੇ ਸਿੰਘ ਬੁੱਕਦੇ ਗੱਜਦੇ ਮੋਰਚਾਂ ਤੇ ਖਾਲਸੇ ਦੇ ਡੰਕੇ ਵੱਜਦੇ ਮੋਤਮ ਚੋਲੀ ਬਣ ਕੇ ਰਣ ਵਿੱਚ ਸਾਰੇ ਕਿਵ ਸਿੰਘਾਂ ਤੋਂ ਵੱਜ ਜਾਈਏ ਕਰਨ ਕਈ ਚਾਰੇ ਜੋ ਸਿੰਘਾਂ ਨੂੰ ਆਏ ਮਕਾਉਣ ਚਿੱਟੇ ਦੇਨ ਹਾਰੇ ਨਹੀਂ ਬਲ ਪਿਆ ਦਲ ਚੱਲ ਪਿਆ ਰਣ ਤੋਂ ਸਿੰਘਾਂ ਦਾ ਨਾਸੇ ਰਹਿ ਲਿਆ ਵੈਰੀ ਮਨ ਤੋਂ ਬਣ ਰਣ ਵਿੱਚ ਫਿਰਦੀ ਤੇਗ ਮੌਤ ਦੀ ਚੇਲੀ ਕਈ ਸਰੂਆਂ ਦੇ ਜਵਾਨ ਟੈਣ ਜੋਂ ਗੇਲੀ ਨਸੇ ਛੜ ਯਾਰਾਂ ਨੂੰ ਯਾਰ ਡੁੰਡੀ ਦੇ ਬੇਲੀ ਸਿੰਘ ਮਾਰਦੇ ਵੈਰੀ ਹਾਰਦੇ ਨਾ ਸੁਪੈ ਅੱਲਾ ਅਜ ਜਾਨ ਰੱਖ ਲਈ ਸਿੰਘਾਂ ਵਾ ਸੁਪੈ ਮਰਨ ਮੀਰ ਗੋਲੀਆਂ ਤੀਰ ਸਿੰਘਾਂ ਦੇ ਡੱਕੇ ਮਰਮੀਨ ਗੋਲੀਆਂ ਤੀਰ ਸਿੰਘਾਂ ਦੇ ਡੱਕੇ ਗੇ ਲਗ ਲੋਥਾਂ ਦੇ ਢੇਰ ਜਿੱਦੁਰ ਕੋਈ ਤੱਕੇ ਸਿੰਘਾਂ ਰਖ ਤਲੀਆਂ ਤੇ ਖਾਨ ਮਾਰਦੇ ਫੱਕੇ ਸ਼ੇਰ ਗੱਜਦੇ ਵੈਰੀ ਭੱਜਦੇ ਰੁੱਜ ਗਏ ਅੰਮ੍ਰਿਤ ਸਾਰੇ ਆਣ ਕੇ ਸਿੰਘ ਪੁੱਜ ਗਏ ਇੱਕ ਹੈਸਨ ਦੇਸ਼ ਦੇ ਦਰਦੀ ਇੱਕ ਲਟੇਰੇ ਜਿਨ੍ਹਾਂ ਅੱਗੇ ਕਦੇ ਨਹੀਂ ਵੇਖੇ ਸਿੰਘਾਂ ਦੇ ਜੇਰੇ ਜਿਵੇਂ ਜਹਰੀ ਬਾਦ ਨੇ ਚੱਫੇ ਕੂੰਜ ਬਟੇਰੇ ਨਸੇ ਸ਼ਹਿਰ ਤੂੰ ਡਰ ਕਹਿਰ ਤੂੰ ਖਲੋਣ ਨਾ ਅੱਲਾਹ ਕਦੇ ਸਾਡੇ ਰਾਾਂਚ ਵੀ ਸਿੰਘ ਹੋਣ ਨਾ ਜੋ ਮੁਗਲ ਫੌਜ ਸਾਰੀ ਨਸ ਗਈ ਡਰ ਕੇ ਸਿੰਘ ਫੌਜ ਜਿਛਲੀ ਪਾਰੀ ਪੁਜੀਦਰ ਹਰ ਕੇ ਬਾਬਾ ਦੀਪ ਸਿੰਘ ਬਲਕਾਰ ਕਣਾ ਜੰਗ ਕਰਕੇ ਦਰ ਆਣ ਕੇ ਫਤਿਹ ਜਾਣ ਕੇ ਬੈ ਗਿਆ ਗੁਰਮੁਖ ਧੜ ਸਿੰਘ ਦਾ ਝੂਠਾ ਪੈ ਗਿਆ ਉਹ ਜੇ ਅਮਰਤ ਸਰਦੇ ਅੰਦਰ ਛੜੇ ਜਕਾਰੇ ਗਏ ਪੁਜ ਗੁਰਾਂ ਦੇ ਮੰਦਰ ਜੋਦੇ ਸਾਰੇ ਜੋ ਹੈ ਹਰਦਾ ਹਰ ਮੰਦਰ ਤਵੇ ਦਿਲ ਠਾਰੇ ਕੀਤੇ ਦਰਸ਼ਨ ਮੋਤੀ ਵਰਸਣ ਡੁੱਲ ਗਏ ਜੋਗੀsingasur ਮਿਆਂ ਦੇ ਚੰਦੇ ਡੁੱਲ ਗਏ ਬਾਬਾ ਜੀ ਤੋਂ ਬਚ ਕੇ ਜਿਹੜੇ ਸਪਾਈ ਲਾਹੌਰ ਗਏ ਉਹਨਾਂ ਜਾ ਕੇ ਆਖਿਆ ਬਾਦਸ਼ਾਹ ਇਹ ਦੱਸ ਕਿ ਲੜਨ ਮਰਿਆ ਹੋਇਆਂ ਨਾਲ ਕਲਦਾਂਗੇ ਜਿਉਂਦਿਆਂ ਨਾਲ ਬਾਦਸ਼ਾਹ ਨੇ ਆਖਿਆ ਓਏ ਪਾਗਲੋ ਕੋਈ ਮਰਿਆ ਵੀ ਲੜਦਾ ਜਿਉਂਦਿਆਂ ਨਾਲ ਜਿਉਂਦੇ ਲੜਦੇ ਨੇ ਮਰਿਆ ਨਾ ਮਰਿਆ ਕੋਈ ਨਹੀਂ ਲੜਦਾ ਉਹਨਾਂ ਆਖਿਆ ਫਿਰ ਸਿੰਘ ਮਰੇ ਹੋਏ ਵੀ ਲੜਦੇ ਨੇ ਉਹਨੇ ਆਖਿਆ ਕੌਣ ਲੜਦਾ ਉਹਨਾਂ ਆਖਿਆ 74 ਸਾਲ ਦਾ ਬੁੱਢਾ ਇੱਕ ਵਾਰਾ ਸਾਡੇ ਜਰਨੈਲ ਨੇ ਵੱਢ ਕੇ ਸੁਰ ਦਿੱਤਾ ਇੱਕ ਨੇ ਅੰਗ ਸਿੰਘ ਨੇ ਆਖਿਆ ਇਹਦਾ ਅਜੇ ਕੱਖਰੀ ਵਿਗੜਿਆ ਉਹ ਫੇਰ ਉੱਠ ਕੇ ਲੜਨ ਲੱਗ ਗਿਆ ਬਾਦਸ਼ਾਹ ਕਹਿੰਦਾ ਕੱਲਾ ਕੇ ਹੋਰ ਵੀ ਕੋਈ ਉਹਨਾਂ ਆਖਿਆ ਕੱਲਾ ਤੇ ਸਾਡੇ ਗਿੱਟੀ ਚੜ੍ਹ ਆਇਆ ਅੰਮ੍ਰਿਤਸਰ ਤੱਕ ਬਾਕੀ ਦੇ ਹਿੱਲ ਪਏ ਸੀ ਅਸੀਂ ਨਸਦਿਆਂ ਵੇਖਿਆ ਸਾਨੂੰ ਯਕੀਨ ਹੈ ਉਹ ਮਗਰੋਂ ਉੱਠ ਖਲੋਤੇ ਹੋਣਗੇ ਖਾਲਸਾ ਇਹ ਤੇਰੇ ਵੱਡ ਵਡੇਰਿਆਂ ਦਾ ਇਤਿਹਾਸ ਹੈ ਇਤਿਹਾਸ ਕੌਮ ਦੀ ਜਾਨ ਹੁੰਦੀ ਹੈ ਬਗਲਾ ਹਿੱਸਾ ਫਿਰ ਕਿਤੇ ਬਿਆਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ